ਇੱਕ ਓਅੰਕਾਰ ਸਤਿਗੁਰ ਇਹ ਪ੍ਰਸਾਦਿ। ਮੂਲ ਮੰਗਲਾਚਰਨ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਰ ਵਾਰ ਆਉਂਦਾ ਹੈ। ਇੱਕ ਵਾਹਿਗੁਰੂ ਅਦੁੱਤੀ ਜੋ ਸਤ ਚੇਤਨ ਆਨੰਦ ਸਰੂਪ ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਸਾਰਿਆਂ ਨੂੰ ਆਪਣੇ ਵਿੱਚ ਵਿਲੀਨ ਕਰਨ ਵਾਲਾ ਹੈ। ਐਸਾ ਉਹ ਵਾਹਿਗੁਰੂ ਕੇਵਲ ਅਤੇ ਕੇਵਲ ਇੱਕੋ ਹੀ ਹੈ। ਸਤ ਵੀ ਹੈ, ਚੇਤਨ ਵੀ ਹੈ, ਆਨੰਦ ਸਰੂਪ ਹੈ। ਸਤਿਗੁਰੂ ਜੀ ਦੀ ਕਿਰਪਾ ਨਾਲ ਉਸ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਸ ਦੇ ਜਿੰਨੇ ਵੀ ਵਿਸਥਾਰ ਨਾਲ ਅਰਥ ਕਰ ਲਈਏ, ਇੱਕ ਓਅੰਕਾਰ ਦੇ ਕੋਈ ਕਰ ਨਹੀਂ ਸਕਦਾ, ਕਿਉਂਕਿ ਅਕਾਲ ਪੁਰਖ ਦਾ ਇਹ ਸਰੂਪ ਹੈ। ਸੋ ਸੰਖੇਪ ਵਿੱਚ ਇਤਨੇ ਹੀ ਅਰਥ ਜੋ ਸੰਪਰਦਾਇ ਵਿੱਚ ਕੀਤੇ ਜਾਂਦੇ ਆ ਕਿ ਵਾਹਿਗੁਰੂ ਕੇਵਲ ਇੱਕ ਹੈ ਔਰ ਸਤ ਚੇਤਨ ਆਨੰਦ ਸਰੂਪ। ਸਾਰਿਆਂ ਦੀ ਜੋ ਤਿੰਨੇ ਜੀਵ ਦੀਆਂ ਅਵਸਥਾ ਨੇ, ਜਾਗਰਤ, ਸੁਪਨ, ਸੁਖੋਪਤੀ, ਤਿੰਨਾਂ ਹੀ ਅਵਸਥਾ ਵਿੱਚ ਸਾਕਸ਼ੀ ਰੂਪ ਹੋ ਕੇ ਵਿਦਮਾਨ ਹੈ। ਐਸਾ ਵਾਹਿਗੁਰੂ ਪਰਮੇਸ਼ਰ ਹੈ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਮੂਲ ਮੰਗਲਾਚਰਨ ਹੈ, ਸ੍ਰੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਵਰਤਿਆ ਜਾਂਦਾ ਹੈ। ਇੱਕ ਓਅੰਕਾਰ ਪਰਮੇਸ਼ਰ ਦਾ ਸਰੂਪ ਜੋ ਕੇਵਲ ਇੱਕੋ ਇੱਕ ਹੈ, ਸਤ ਚੇਤਨ ਆਨੰਦ ਸਰੂਪ, ਜਾਗਰਤ, ਸੁਪਨ, ਸੁਖੋਪਤੀ, ਤਿੰਨਾਂ ਅਵਸਥਾ ਵਿੱਚ ਸਾਕਸ਼ੀ ਰੂਪ ਹੋ ਕੇ ਵਿਚਰਨ ਵਾਲਾ ਹੈ। ਇਹ ਉਸ ਅਕਾਲ ਪੁਰਖ ਦਾ ਕੇਵਲ ਅਤੇ ਕੇਵਲ ਇੱਕੋ ਹੀ ਸਰੂਪ ਜਦੋਂ ਮਾਇਆ ਸਬਲ ਹੋ ਕਰਕੇ ਜੰਗਾਂ ਯੁੱਧਾਂ ਵਿੱਚ ਵਰਤਦਾ ਹੈ, ਅਧਰਮ ਦਾ ਨਾਸ ਕਰਦਾ ਹੈ, ਪਾਪ ਦਾ ਨਾਸ ਕਰਦਾ ਹੈ, ਉਦੋਂ ਫਿਰ ਉਹ ਵਾਹਿਗੁਰੂ ਉਸਦੀ ਹਰ ਮੈਦਾਨ ਫਤਿਹ ਹੋਵੇ। ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਬਚਨ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਮੰਗਲਾਚਰਨ ਦੇ ਰੂਪ ਵਿੱਚ ਜ਼ਿਆਦਾਤਰ ਆਉਂਦਾ ਹੈ। ਹਾਂਜੀ, ਸ਼੍ਰੀ ਭਗਵਤੀ ਜੀ ਸਹਾਏ। ਸ੍ਰੀ ਭਗਵਤੀ ਜੀ ਅਕਾਲ ਪੁਰਖ ਦੀ ਉਹ ਸ਼ਕਤੀ ਹੈ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਦਸਮ ਪਾਤਸ਼ਾਹ ਜੀ ਨੇ ਬਹੁਤ ਸਾਰੀ ਬਾਣੀ ਭਗਵਤੀ ਦੀ ਉਸਤਤ ਵਿੱਚ ਲਿਖੀ ਹੈ। ਉਹ ਪਰਮੇਸ਼ਰ ਅਕਾਲ ਪੁਰਖ ਦਾ ਹੀ ਸਰੂਪ ਜੋ ਮਾਇਆ ਸਬਲ ਹੋ ਕੇ ਵਰਤੇ, ਉਸਨੂੰ ਭਗਵਤੀ ਕਹਿੰਦੇ ਹਨ। ਆਦਿ ਸ਼ਕਤੀ ਆਦਿ ਭਵਾਨੀ ਈਸ਼ਰੀ ਮਾਇਆ ਜਾਂ ਕੋ ਨਾਮ, ਇਸ ਬਿਨ ਸਰੇ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਜਿੰਨਾ ਵੀ ਸੰਸਾਰ ਹੈ, ਪ੍ਰਸਾਰਾ ਹੈ, ਆਕਾਰ ਸਹਿਤ ਹੈ, ਉਹ ਸਾਕਾਰ ਪਸਾਰਾ ਮਾਇਆ ਦਾ ਹੀ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਤਾਂ ਨਿਰਗੁਣ ਸਰੂਪ ਆਪਣੇ ਆਪ ਵਿੱਚ ਵਿਦਮਾਨ ਹੈ। ਆਪਣੀ ਮਾਇਆ ਪਸਾਰ ਕੇ ਸੰਸਾਰ ਨੂੰ ਚਲਾਉਂਦਾ ਹੈ। ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰਾ। ਉਸ ਅਕਾਲ ਪੁਰਖ ਦੀ ਸ਼ਕਤੀ ਭਗਵਤੀ ਨੂੰ ਨਮਸਕਾਰ ਹੈ। ਸ੍ਰੀ ਭਗਵਤੀ ਜੀ ਸਹਾਏ, ਹਰ ਜਗ੍ਹਾ 'ਤੇ ਉਹ ਸਹਾਈ ਹੋਵੇ। ਦੋਹਰਾ ਤਿੰਨੋਂ ਕਾਲ ਅਲਿਪਤ ਰਹੇ, ਖੋਜੇ ਜਾਹੇ ਪ੍ਰਵੀਨ। ਇਹ ਅਕਾਲ ਪੁਰਖ ਪਰਮੇਸ਼ਰ ਦਾ ਮੰਗਲਾਚਰਨ ਕਵੀ ਜੀ ਕਰ ਰਹੇ ਨੇ। ਕਹਿੰਦੇ ਤਿੰਨੇ ਸਮਿਆਂ ਵਿੱਚ ਅਲਿਪਤ ਰਹਿੰਦਾ ਹੈ, ਜਾਗਰਤ ਅਵਸਥਾ ਵਿੱਚ ਵੀ ਸਾਡੇ ਨਾਲ ਹੈ ਪਰ ਅਲਿਪਤ ਹੈ, ਜਿਵੇਂ ਜਲ ਦੇ ਵਿੱਚ ਕਮਲ ਦਾ ਫੁੱਲ ਰੇਪ ਰਹਿੰਦਾ ਹੈ। ਸੁਪਨ ਅਵਸਥਾ ਵਿੱਚ ਵੀ ਸਾਕਸ਼ੀ ਰੂਪ ਹੋ ਕੇ ਵਿਦਮਾਨ ਹੈ ਅਤੇ ਗੂੜ ਨਿੰਦਰਾ ਦੇ ਵਿੱਚ ਵੀ ਪਰਮੇਸ਼ਰ ਵਾਹਿਗੁਰੂ ਵਿਦਮਾਨ ਹੈ। ਜੋ ਸਮਾਂ ਬੀਤ ਚੁੱਕਾ ਉਸਨੂੰ ਪਾਸਟ ਕਹਿੰਦੇ ਹਨ, ਭੂਤਕਾਲ ਕਹਿੰਦੇ ਹਨ। ਜਿਹੜਾ ਵਰਤਮਾਨ ਚੱਲ ਰਿਹਾ ਹੈ ਇਹ ਹੁਣ ਇਸਨੂੰ ਵਰਤਮਾਨ ਜਾਂ ਪ੍ਰੈਜੈਂਟ ਕਹਿੰਦੇ ਹਨ। ਜੋ ਸਮਾਂ ਆਉਣ ਵਾਲਾ ਹੈ ਉਸਨੂੰ ਫਿਊਚਰ ਭਵਿੱਖ ਕਹਿੰਦੇ ਹਨ।
ਸੋ ਤਿੰਨੇ ਸਮਿਆਂ ਵਿੱਚ ਉਹ ਵਾਹਿਗੁਰੂ ਵਿਦਮਾਨ ਰਹਿੰਦਾ ਹੈ। ਆਦਿ ਸੱਚ ਜੁਗ ਆਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਪਰ ਰਹਿੰਦਾ ਨਿਰਲੇਪ ਹੈ। ਖੋਜਾਂ ਜਾਹੇ ਪ੍ਰਵੀਨ ਬ੍ਰਹਮ ਗਿਆਨੀ ਚਤੁਰ ਪੁਰਸ਼ ਵਿਦਵਾਨ, ਨਾਮ ਰਸੀਏ ਖੋਜੀ ਉਸ ਨੂੰ ਖੋਜ ਲੈਂਦੇ ਲੱਭ ਲੈਂਦੇ ਹਨ। ਬੀਨਤ ਸੱਚ ਦਾ ਆਨੰਦ ਤ੍ਰੈ ਜਾਣੈ ਮਰਮ ਰਤੀ ਨਾ, ਕਹਿੰਦੇ ਉਹ ਪਰਮਾਤਮਾ ਨੂੰ ਸਤ ਚੇਤਨ ਆਨੰਦ ਸਰੂਪ ਕਹਿੰਦੇ ਹਨ। ਸਤ ਉਹ ਹੁੰਦਾ ਹੈ ਜਿਹੜਾ ਸਦਾ ਹੀ ਰਵੇ, ਕਦੀ ਵੀ ਉਹਦਾ ਅਭਾਵ ਨਾ ਹੋਵੇ, ਉਹਦੀ ਅਣਹੋਂਦ ਨਾ ਹੋਵੇ। ਔਰ ਚੇਤਨ ਉਹਨੂੰ ਕਹਿੰਦੇ ਹੈ ਜਿਹੜਾ ਪਰਮੇਸ਼ਰ ਆਪਣੇ ਆਪ ਨੂੰ ਵੀ ਜਾਣਦਾ ਹੋਵੇ, ਦੂਏ ਨੂੰ ਵੀ ਜਾਣਦਾ ਹੋਵੇ। ਔਰ ਆਨੰਦ ਉਸਨੂੰ ਕਹਿੰਦੇ ਜੋ ਦੁੱਖ ਤੋਂ ਰਹਿਤ ਹੈ। ਐਸਾ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਕਦੀ ਉਹਦੀ ਅਣਹੋਂਦ ਨਹੀਂ ਹੁੰਦੀ, ਸਦਾ ਹੀ ਹਾਜ਼ਰ ਨਾਜ਼ਰ ਰਹਿੰਦਾ ਹੈ। ਤਾਰ ਤਮੈ ਰਮ ਇੱਕ ਸਮ ਹੈ ਪਾਰ ਬ੍ਰਹਮ ਵਿਸਤਾਰ। ਤਾਰ ਤਮ ਕਹਿੰਦੇ ਉੱਪਰ ਥੱਲੇ, ਵੱਡਾ ਛੋਟਾ, ਗਰੀਬ ਅਮੀਰ, ਕੀੜੀ ਤੋਂ ਹਾਥੀ, ਮੱਛਰ ਤੋਂ ਗਰੜ ਤੱਕ, ਸਾਰਿਆਂ ਵਿੱਚ ਇੱਕ ਰਸ ਜੋ ਵਿਆਪਕ ਹੈ। ਇੱਕ ਰਮ ਇੱਕ ਸਮੈ, ਰਮਿਆ ਹੋਇਆ ਇੱਕ ਸਮਾਨ ਸਾਰਿਆਂ ਵਿੱਚ। ਐਸਾ ਉਹ ਪਾਰਬ੍ਰਹਮ ਸਾਰੇ ਵਿਸਥਾਰ ਨੂੰ ਕਰਨ ਵਾਲਾ ਹੈ। ਤਾਰਤ ਗੁਰੂ ਜਨਾਏ ਜਿਸ ਮੋਹ ਵਿਸ਼ੇ ਵਿਸਤਾਰ। ਜਿਸ ਪਰਮਾਤਮਾ ਦੇ ਸਰੂਪ ਦਾ ਗਿਆਨ ਦੇ ਕੇ ਗੁਰੂ ਸਾਡੇ ਵਰਗਿਆਂ ਨੂੰ ਭਵ ਸਾਗਰ ਤੋਂ ਤਾਰ ਦਿੰਦੇ ਹਨ, ਐਸਾ ਉਹ ਵਾਹਿਗੁਰੂ ਮੋਹ ਦੇ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਜੀਵ ਨੂੰ ਸਤਿਗੁਰੂ ਉਸ ਅਕਾਲ ਪੁਰਖ ਨਾਲ ਜੋੜ ਕੇ ਇਸ ਮੋਹ ਦੇ ਮਾਇਆ ਦੇ ਪਸਾਰੇ ਵਿੱਚੋਂ ਕੱਢ ਲੈਂਦੇ ਹਨ। ਸਵਈਆ ਸਾਰਦ ਬਾਰਦ ਕੀ ਕਰ ਭਾਰਤ, ਕਹਿੰਦੇ ਜਿਵੇਂ ਸ਼ਰਦ ਰੁੱਤ ਦੇ ਸਮੇਂ ਦੇ ਵਿੱਚ ਬੱਦਲਾਂ ਦੀ ਸੋਭਾ ਹੁੰਦੀ ਹੈ, ਸਾਰਦ ਕਹਿੰਦੇ ਨੇ ਸ਼ਰਦ ਰੁੱਤ, ਬਾਰਦ ਕਹਿੰਦੇ ਬੱਦਲਾਂ ਨੂੰ, ਕਹਿੰਦੇ ਇਹਦੇ 'ਚ ਬੜੀ ਬੱਦਲਾਂ ਦੀ ਸੋਭਾ ਹੁੰਦੀ ਹੈ। ਪਾਰਦ ਨਾਰਦ ਰੰਗ ਵਿਸਾਰਦ, ਕਹਿੰਦੇ ਅਕਾਲ ਪੁਰਖ ਦੀ ਸ਼ਕਤੀ ਦਾ ਸਰੂਪ ਕੈਸਾ ਹੈ, ਉਹਦੀ ਸੋਭਾ ਨੂੰ ਵੀ ਮਾਤ ਪਾਉਣ ਵਾਲਾ ਹੈ, ਉਹਦੇ ਵਰਗਾ ਸੁੰਦਰ ਰੰਗ ਹੈ। ਪਾਰਦ ਕਹਿੰਦੇ ਪਾਰੇ ਵਰਗਾ, ਨਾਰਦ ਵਰਗਾ ਜਿਸ ਦਾ ਸੋਹਣਾ ਸੁੰਦਰ ਰੰਗ ਹੈ। ਸਾਰਦ ਚੰਦਰਮੁਖੀ ਦੁੱਤ ਸੁੰਦਰ, ਕਹਿੰਦੇ ਜਿਹੜੀ ਸ਼ਰਦਮੁਖੀ ਸ਼ਰਦ ਰੁੱਤ ਦੇ ਚੰਦਰਮਾ ਵਰਗਾ ਸੁੰਦਰ ਮੁਖੜਾ ਹੈ। ਸ਼੍ਰੀ ਗੁਣ ਸੁੰਦਰ ਬੁੱਧ ਉਦਾਰਦ, ਜੋ ਮਾਇਆ ਗੁਣਾਂ ਦੇ ਸਹਿਤ ਸੁੰਦਰ ਸਰੂਪ ਵਾਲੀ ਹੈ ਤੇ ਬੁੱਧ ਕਰਕੇ ਬੜੀ ਉਦਾਰ ਹੈ। ਦਾਰਦ ਦੁੰਦ ਬਲਿੰਦ ਨਿਕੰਦ, ਔਰ ਦਲਿੱਦਰ ਨੂੰ ਦੁੰਦ ਨੂੰ ਨਾਸ ਕਰਨ ਵਾਲੀ ਹੈ। ਆਨੰਦ ਅਦਾਰਿਦ ਦੇਹੀ ਵਿਚਾਰਦ, ਆਨੰਦ ਦੇਣ ਵਾਲੀ ਹੈ ਔਰ ਗਰੀਬੀ ਭੁੱਖ ਨੰਗ ਅਦਾਰ ਦੂਰ ਕਰਨ ਵਾਲੀ ਹੈ, ਐਸੀ ਉਹ ਸ਼ਕਤੀ ਹੈ। ਚਾਰ ਦਇਆ ਨਿਤ ਕੇ ਪਗ ਪੰਕਜ, ਕਹਿੰਦੇ ਉਹਦੇ ਸੋਹਣੇ ਦਇਆ ਨਿਤ ਸ਼ਕਤੀ ਦੇ ਜੋ ਪਵਿੱਤਰ ਚਰਨ ਹਨ ਸਰੁਸਤੀ ਦੇ। ਬੰਧਨ ਨਾਮ ਜਪੋ ਬਰ ਸਾਰਦ, ਉਹ ਸਾਰਦਾ ਦਾ ਮੈਂ ਨਮਸਕਾਰ ਕਰਦਾ ਸਾਧ ਸੰਗਤ ਜੀ। ਇਹ ਵਿਦਿਆ ਦੀ ਉਹ ਸ਼ਕਤੀ ਹੈ ਅਕਾਲ ਪੁਰਖ ਦੀ, ਜੋ ਨਮੋ ਬਾਕ ਬਾਣੀ ਜੋ ਰਸਨਾ ਦੇ ਬੈਠ ਕੇ ਕਵੀਆਂ ਦੇ ਬਹੁਤ ਸੁੰਦਰ ਛੰਦ ਉਚਾਰਨ ਕਰ ਰਹੀ ਅਕਾਲ ਪੁਰਖ ਦੀ ਸ਼ਕਤੀ, ਉਸ ਨੂੰ ਸਰਸਤੀ ਕਹਿੰਦੇ ਹਨ। ਉਸ ਨੂੰ ਨਮਸਕਾਰ ਕਵੀ ਸੰਕੇਤ ਮਰਿਆਦਾ ਅਨੁਸਾਰ ਕੀਤਾ, ਨਮੋ ਸ਼ਾਰਦਾ ਮਾਤ ਵਿਦਿਆ ਪ੍ਰਦੈਨੀ, ਕਰੋ ਮੇਧ ਮੇਧਾ ਯਥਾ ਕੰਗ ਤ੍ਰਵੈਨੀ। ਹਾਂਜੀ, ਚਿੱਤਰਪਦਾ ਛੰਦ ਮਾਰ ਮਨਿੰਦ ਵਿਕਾਰਨ ਬ੍ਰਿੰਦ, ਸਾਧ ਸੰਗਤ ਜੀ ਜਿਹੜੇ ਵਿਕਾਰ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸੱਪਾਂ ਦੀ ਤਰ੍ਹਾਂ ਸਾਨੂੰ ਡੰਗ ਮਾਰਦੇ ਹਨ। ਮਾਰ ਮਨਿੰਦ ਵਿਕਾਰਨ ਬ੍ਰਿੰਦ, ਮਾਰ ਕਹਿੰਦੇ ਨੇ ਫਾਰਸੀ ਭਾਸ਼ਾ ਵਿੱਚ ਸੱਪ ਨੂੰ, ਖਨੀਅਰ ਨਾਗ ਨੂੰ, ਕੋਬਰੇ ਨੂੰ, ਕਹਿੰਦੇ ਜਿਹੜੇ ਵਿਕਾਰ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ,
ਇਹ ਸਾਰੇ ਸੱਪਾਂ ਦੀ ਤਰ੍ਹਾਂ ਬਹੁਤ ਜ਼ਿਆਦਾ ਸਾਨੂੰ ਡੰਗ ਮਾਰਦੇ ਹਨ। ਬਲਿੰਦ ਖਗਿੰਦ ਬਲੀ ਸਮ ਮਾਰ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਐਸੇ ਗਰੜ ਦੀ ਤਰ੍ਹਾਂ ਆਏ ਹਨ, ਜਿਵੇਂ ਗਰੜ ਸੱਪਾਂ ਨੂੰ ਖਾ ਜਾਂਦਾ ਹੈ। ਸੱਪਾਂ ਦਾ ਜ਼ਹਿਰ ਚੜਿਆ ਹੋਵੇ ਤੇ ਗਰੜ ਦਾ ਮੰਤਰ ਹੀ ਪੜ੍ਹਦੇ ਹੋ ਤੇ ਉਤਰ ਜਾਂਦਾ ਹੈ। ਇਸ ਤਰ੍ਹਾਂ ਇਹ ਵਿਕਾਰਾਂ ਦਾ ਜ਼ਹਿਰ ਜੀਵ ਨੂੰ ਚੜਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਐਸਾ ਹੈ ਜਿਵੇਂ ਗਾਰੂੜੀ ਮੰਤਰ ਹੋਵੇ। ਧੰਨ ਗੁਰੂ ਨਾਨਕ ਦੇਵ ਜੀ ਵਿਕਾਰਾਂ ਨੂੰ ਇਸ ਤਰ੍ਹਾਂ ਮਾਰ ਦਿੰਦੇ ਨੇ ਜਿਵੇਂ ਗਰੜ ਸੱਪਾਂ ਨੂੰ ਮਾਰ ਦਿੰਦਾ ਹੈ। ਮਾਰ ਹੰਕਾਰ ਹੈ ਕ੍ਰੋਧ ਹੈ ਲੋਭ ਹੈ। ਮਾਰ ਕਹਿੰਦੇ ਨੇ ਕਾਮਦੇਵ ਨੂੰ। ਕਾਮ ਹੰਕਾਰ ਕ੍ਰੋਧ ਲੋਭ ਮੋਹ ਸਮੂਲਹਿ ਦੇਤ ਉਪਾਰ। ਮੋਹ ਸਮੇਤ ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅਹੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ। ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਰੇ ਵਿਕਾਰਾਂ ਨੂੰ ਇਸ ਤਰ੍ਹਾਂ ਮਾਰ ਜੜੋਂ ਹੀ ਪੱਟ ਕੇ ਸਿੱਟ ਦਿੰਦੇ ਹਨ। ਮਾਰ ਕਨੇ ਤਿਜ ਸੇਵਕ ਕੇ ਗਨ। ਮਹਾਰਾਜ ਨੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਲੱਖਾਂ ਕਰੋੜਾਂ ਸਿੱਖਾਂ ਨੂੰ ਭਾਵ ਸਾਗਰ ਤੋਂ ਪਾਰ ਲੰਘਾ ਦਿੱਤਾ ਹੈ। ਤੇ ਧਨ ਕੋ ਸਤਨਾਮ ਉਦਾਰ। ਸਤਨਾਮ ਸ੍ਰੀ ਵਾਹਿਗੁਰੂ ਰੂਪੀ ਨਾਮ ਧਨ ਦੇ ਕੇ ਸਿੱਖਾਂ ਦਾ ਬੇੜਾ ਬੰਨੇ ਲਾਇਆ ਹੈ। ਧਾਰਨ ਦੂਤ ਤਜੈ ਸੁਨ ਨਾਮ। ਜਿਹੜੇ ਜਮਾਂ ਦੇ ਬੜੇ ਭਿਆਨਕ ਜਮਦੂਤ ਹਨ, ਤੈ ਕਰਦਲ ਕਰਨ ਮਹਾਬਲੀ, ਬੜੇ ਮਹਾਬਲੀ ਹਨ, ਉਹ ਗੁਰੂ ਨਾਨਕ ਦੇਵ ਜੀ ਦਾ ਨਾਮ ਸੁਣ ਕੇ ਨਮੋ ਗੁਰੂ ਨਾਨਕ ਕਾਲ ਕੁਮਾਰ ਉਹ ਜੀਵ ਨੂੰ ਛੱਡ ਜਾਂਦੇ ਹਨ। ਪ੍ਰਤਾਪ ਤੁਮਾਰਾ ਦੇ ਕੇ ਜਮਦੂਤ ਛੱਡ ਜਾਹੇ ਐਸੇ ਕਾਲ ਕੁਮਾਰ ਕਾਲੂ ਦੇ ਪੁੱਤਰ ਬਾਬੇ ਕਾਲੂ ਦੇ ਸਪਹਿ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਹੈ। ਸਵਈਆ ਜਰ ਜਾਏ ਨਹੀਂ ਕਿਸ ਤੇ ਅਰਜੀ ਅੱਜ ਅਜਰੀ ਜਰ ਜਾਏ ਨਹੀਂ ਕਿਸ ਤੇ ਅਜਰੀ ਕਹਿੰਦੇ ਉਹ ਅਵਸਥਾ ਜਿਹੜੀ ਕਿਸੇ ਤੋਂ ਵੀ ਨਾ ਜਰੀ ਜਾਵੇ ਅਜਰੀ ਅਵਸਥਾ ਜਿਹੜੀਆਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਪ੍ਰਾਪਤੀਆਂ ਹੋਈਆਂ ਨੇ ਉਹ ਹੋਰ ਕਿਸੇ ਕੋਲੋਂ ਜਰੀਆਂ ਨਹੀਂ ਸੀ ਜਾ ਸਕਦੀਆਂ। ਪਾਏ ਗਏ ਸਗਰੀ ਉਰਮੈ ਜਰ ਉਹ ਗੁਰੂ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਉਹ ਪ੍ਰਾਪਤੀਆਂ ਕਰਕੇ ਮਹਾਨ ਰਿਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਵੀ ਮਿਲੀਆਂ ਅਗੰਮੀ ਸ਼ਕਤੀਆਂ ਪ੍ਰਾਪਤ ਹੋਈਆਂ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਰਾ ਕੁਝ ਦੇ ਦਿੱਤਾ ਆਪਣਾ ਹੀ ਰੂਪ ਬਣਾ ਲਿਆ ਆਪਣੇ ਨਾਲ ਅਭੇਦ ਕਰ ਲਿਆ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਐਡੀਆਂ ਵੱਡੀਆਂ ਪ੍ਰਾਪਤੀਆਂ ਕਰਕੇ ਜਰ ਗਏ ਹਨ। ਜਰਨਾ ਬੜਾ ਔਖਾ ਹੈ। ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਹ ਇੰਨੀਆਂ ਵੱਡੀਆਂ ਵਡਿਆਈਆਂ ਪ੍ਰਾਪਤ ਕਰਕੇ ਮਾਣ ਨਹੀਂ ਕੀਤਾ, ਹੰਕਾਰ ਨਹੀਂ ਕੀਤਾ, ਸਭ ਕੁਛ ਪ੍ਰਾਪਤ ਕਰਕੇ ਜਰ ਲਿਆ ਹੈ। ਜਰਬੇ ਜਿਨਕੀ ਅਵਲੋਕ ਜਰਾਇਕ। ਸ੍ਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵੇਖ ਕੇ ਕਹਿੰਦੇ ਕੋਈ ਜਰ ਨਾ ਸਕਿਆ, ਭਾਵਨਾ ਦੇ ਪ੍ਰਤਾਪ ਨੂੰ ਕੋਈ ਸਹਾਰ ਨਹੀਂ ਸਕਿਆ। ਦੂਰ ਕਰੀ ਗਨ ਦੋਖਨ ਕੀ ਜਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਸ਼ਾਂ ਦੀ ਕਾਮ ਕ੍ਰੋਧ ਲੋਭ ਆਦਿਕ ਵਿਕਾਰਾਂ ਦੀ ਜੜ ਹੀ ਦੂਰ ਕਰ ਦਿੱਤੀ ਹੈ। ਜਰਤੇ ਵਿਸ਼ਿਆਗਨ ਮੇਂ ਜਨ ਜਿਹੜੇ ਲੋਕ ਵਿਸ਼ਿਆਂ ਦੀ ਅੱਗ ਵਿੱਚ ਸੜ ਰਹੇ ਸਨ ਸਰਨਾਗਤ ਹੀ ਜਲ ਨਾਮ ਹਿਰਦੈ ਜਰ ਉਹਨਾਂ ਨੂੰ ਸਰਨਾਇਆ ਨੂੰ ਨਾਮ ਦਾ ਜਲ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੜਨ ਤੋਂ ਬਚਾ ਲਿਆ ਹੈ। ਜਰ ਗਿਆਨ ਦਿਓ ਹਰ ਦਾਰਿਦ ਮੋਹ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬ੍ਰਹਮ ਗਿਆਨ ਦੇ ਕਰਕੇ ਦਰਿਦਰ ਜਿਹੜਾ ਮੋਹ ਦਾ ਸੀ ਦੂਰ ਕਰ ਦਿੱਤਾ ਹੈ। ਨਮੋ ਗੁਰੂ ਅੰਗਦ ਹੋਵੇ ਨਿਤ ਹਾਜ਼ਰ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਹੈ ਜਿਹੜੇ ਸਦਾ ਹੀ ਹਾਜ਼ਰ ਨਾਜ਼ਰ ਰਹਿੰਦੇ ਹਨ। ਚਿੱਤਰ ਬਦਾ ਛੰਦ
ਦਾਰਤ ਜੇ ਬਿਗਨਾ ਗਨ ਕੋ। ਸਾਧ ਸੰਗਤ ਜੀ, ਗੁਰੂ ਅਮਰਦਾਸ ਜੀ ਦਾ ਮੰਗਲ ਉਚਾਰਨ ਕਰਦੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜੇ ਬਿਘਨ ਬਹੁਤ ਬਿਘਨ ਪਾਉਣ ਵਾਲੀਆਂ ਸ਼ਕਤੀਆਂ ਨੇ, ਤਿਨਕੋ ਤਤਕਾਲ ਹੈ ਦੇਤ ਬਿਡਾਰ। ਜਿਹੜੇ ਸ਼ੁਭ ਗੁਣਾਂ ਦੇ ਵਿੱਚ ਬਿਘਨ ਪਾਉਣ ਵਾਲੇ ਨੇ, ਸਤਿਗੁਰੂ ਅਮਰਦਾਸ ਜੀ ਤਤਕਾਲ ਹੀ ਉਹਨਾਂ ਨੂੰ ਦੂਰ ਕਰ ਦਿੰਦੇ ਬਿਘਨਾਂ ਨੂੰ। ਡਾਰ ਦੁਬਿੰਸਤ ਭੇ ਜਗ ਮੈਂ। ਸ੍ਰੀ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਇਹੋ ਜਿਹੇ ਵੱਡੇ ਦਰਖਤ ਹੋਏ ਨੇ ਜਿਹਨਾਂ ਦੀਆਂ 22 ਵੱਡੀਆਂ ਟਾਹਣੀਆਂ ਹੋਈਆਂ ਨੇ, ਡਾਲ ਹੋਏ ਜਿਵੇਂ ਦਰਖਤ ਦੇ ਵੱਡੇ ਟਾਹਣੇ ਹੁੰਦੇ ਨੇ, ਇੱਦਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 22 ਮੰਜੀਆਂ ਵੱਡੇ ਡਾਲ ਸਥਾਪਿਤ ਕੀਤੇ। ਦੋ ਬਿੰਸਤ ਹੋ ਗਏ 22। ਸੋ 22 ਮੰਜੀਆਂ ਮਹਾਰਾਜ ਸਥਾਪਿਤ ਕਰਕੇ ਸੰਸਾਰ ਵਿੱਚ ਪ੍ਰਗਟ ਕਰਕੇ ਸਭ ਕੇ ਗੁਰਮੂਲ ਕੀਓ ਵਿਸਤਾਰ। ਸਾਰਿਆਂ ਦੇ ਮੁੱਢ ਸਤਿਗੁਰੂ ਅਮਰਦਾਸ ਜੀ ਆਪ ਬਣੇ ਨੇ ਤੇ 22 ਉਹਨਾਂ ਦੀਆਂ ਮੰਜੀਆਂ ਸਾਰੇ ਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਹੈ। ਤਾਰਨ ਕੋ ਜਨ ਕੇ ਗਨ ਕੋ। ਆਪਣੇ ਸੇਵਕਾਂ ਦੇ ਸਮੂਹ ਤਾਰਨ ਵਾਸਤੇ ਸਤਨਾਮ ਦਿਓ ਸੁਕਰੇ ਭਵ ਪਾਰ। ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪਾ ਕੇ ਭਵ ਸਾਗਰ ਤੋਂ ਸਿੱਖਾਂ ਨੂੰ ਪਾਰ ਕਰ ਦਿੱਤਾ ਹੈ। ਪਾਰਤ ਸਿੱਖਣ ਭੱਲਣ ਭੂਖਣ। ਭੱਲੇ ਕੁੱਲ ਦੇ ਗਹਿਣੇ ਭੂਖਣ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਸਿੱਖਾਂ ਨੂੰ ਪਾਲਦੇ ਹਨ। ਭੂਖਣ ਜਿਉਂ ਤਮ ਦੂਖਣ ਡਾਰ। ਔਰ ਜਿਵੇਂ ਸੂਰਜ ਸਾਧ ਸੰਗਤ ਜੀ ਹਨੇਰੇ ਨੂੰ ਦੂਰ ਕਰ ਦਿੰਦਾ ਹੈ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਗੁਰੂ ਅਮਰਦਾਸ ਜੀ ਨੇ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੱਤਾ ਹੈ। ਦੋਹਰਾ ਰਾਮ ਹਤੇ ਨਿਰਪ ਕੁਟਲ ਜਿਉਂ ਮਾਰਿਓ ਰਾਮ ਨਰਾਮ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਦੇ ਮੰਗਲਾ ਚਰਨਾਂ ਵਿੱਚ ਬਾ ਕਮਾਲ ਸੁੰਦਰ ਛੰਦ ਰਚ ਰਹੇ ਹਨ। ਇੱਥੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਮੰਗਲ ਕੀਤਾ ਹੈ ਅਤੇ ਕਹਿੰਦੇ ਰਾਮ ਹਤੇ ਨਿਰਪ ਕੁਟਲ ਜਿਉਂ, ਜਿਵੇਂ ਬੜੇ ਪਾਪੀ ਦੁਸ਼ਟ ਛਤਰੀ ਰਾਜੇ ਰਾਕਸ਼ ਰੂਪ ਹੋ ਗਏ ਸਨ, ਉਹਨਾਂ ਨੂੰ ਪਰਸ਼ੁਰਾਮ ਜੀ ਨੇ, ਇੱਥੇ ਰਾਮ ਦਾ ਅਰਥ ਪਰਸ਼ੁਰਾਮ ਹੈ, ਉਹ ਜਿਹੜੇ ਛਤਰੀ ਸਨ ਉਹ ਮਾਰ ਦਿੱਤੇ। ਰਾਮ ਹਤੇ ਨਿਰਪ ਕੁਟਲ ਜਿਉਂ, ਉਹ ਛਤਰੀ ਰਾਜੇ ਜਿਹੜੇ ਅਸਲ ਰੂਪ ਧਾਰਨ ਕਰਕੇ ਸੰਤਾਂ ਭਗਤਾਂ ਨੂੰ ਦੁੱਖ ਦੇਣ ਲੱਗ ਪਏ ਸਨ, ਪਰਸ਼ੁਰਾਮ ਨੇ ਆਪਣੇ ਘੋੜੇ ਨਾਲ ਹੀ ਸੋਧ ਦਿੱਤੇ। ਰਾਮ ਜਥਾ ਮਗ ਪਾਲ ਪਰ ਮਾਰਿਓ ਰਾਵਣ ਰਾਮ। ਫਿਰ ਜਿਹੜਾ ਦੂਸਰਾ ਰਾਮ ਹੈ ਇਹ ਸ੍ਰੀ ਰਾਮ ਚੰਦਰ ਜੀ ਵਾਸਤੇ ਲਿਖਿਆ ਹੈ, ਉਹਨਾਂ ਨੇ ਰਾਵਣ ਨੂੰ ਮਾਰਿਆ, ਰਾਵਣ ਦਾ ਨਾਸ ਕੀਤਾ। ਇੱਕ ਰਾਮ ਹੋਏ ਨੇ ਪਰਸ਼ੁਰਾਮ ਜੀ, ਦੂਸਰੇ ਰਾਮ ਹੋਏ ਨੇ ਸ੍ਰੀ ਰਾਮ ਚੰਦਰ ਜੀ। ਰਾਮ ਜਥਾ ਮਗਪਾਲ ਪਰ ਤੀਸਰੇ ਰਾਮ ਹਨ ਭਗਵਾਨ ਕ੍ਰਿਸ਼ਨ ਜੀ ਅਤੇ ਉਹਨਾਂ ਦਾ ਭਰਾ ਬਲਰਾਮ। ਕਹਿੰਦੇ ਇਹਨਾਂ ਨੇ ਬਲਰਾਮ ਨੇ ਜਿਹੜਾ ਹੈ ਉਹ ਮਗਪਾਲ ਨੂੰ ਰਾਜੇ ਨੂੰ ਮਾਰਿਆ ਸੀ। ਮਗਧ ਦਾ ਰਾਜਾ ਜਰਾਸੰਧ ਜਿਹੜਾ ਸੀ ਉਹ ਕ੍ਰਿਸ਼ਨ ਜੀ ਮਹਾਰਾਜ ਨਾਲ ਜੰਗ ਕਰਕੇ ਮਾਰਿਆ ਗਿਆ ਸੀ। ਹਾਂਜੀ, ਸਿੱਖਤਮ ਪਰ ਗੁਰੂ ਰਾਮ। ਇਸੇ ਤਰ੍ਹਾਂ ਸਿੱਖਾਂ ਦੇ ਤਮ ਅਗਿਆਨਤਾ ਦਾ ਜੋ ਸਿੱਖਾਂ ਦੇ ਅੰਦਰ ਹਨੇਰਾ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਸ ਨੂੰ ਖਤਮ ਕਰ ਦਿੰਦੇ ਹਨ। ਸਾਰ ਸਾਰ ਨਿਕਾਸਿਓ ਬੇਦ ਤੇ ਜਗਤ ਦਿਖਾਏ ਅਸਾਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੇ ਬੇਦਾਂ ਸ਼ਾਸਤਰਾਂ ਸਿਮਰਤੀਆਂ ਪੁਰਾਣਾਂ ਦਾ ਸਾਰ ਨਿਚੋੜ ਕੱਢ ਲਿਆ। ਨਿਚੋੜ ਕੱਢ ਕੇ ਅਤੇ ਸਾਰੇ ਗ੍ਰੰਥਾਂ ਦਾ ਨਿਚੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਪ੍ਰਗਟ ਕਰ ਦਿੱਤਾ, ਜਗਤ ਨੂੰ ਅਸਾਰ ਦਿਖਾ ਤਾ ਵੀ ਇਹ ਸੰਸਾਰ ਸਾਰਾ ਝੂਠ ਹੈ, ਮਿੱਥਿਆ ਹੈ, ਇਹ ਸੰਸਾਰ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ
ਐਸਾ ਦਰਸਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਸਾਰ ਗੁਰੂ ਅਰਜਨ ਲਈ ਨਿਜ ਜਨ ਕੀ ਸੰਸਾਰ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਿੱਖਾਂ ਦੀ ਸਾਰ ਲਈ ਹੈ ਸੰਸਾਰ ਵਿੱਚ ਆ ਕੇ। ਸੋਰਠਾ ਹਰ 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 ਅਰ ਹਰ ਗੋਬਿੰਦ ਤੁਰਕਨ ਤਰਜੇ ਰਣ ਅਰੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੈਰੀਆਂ ਨੂੰ ਮੈਦਾਨੇ ਜੰਗ ਵਿੱਚ ਤਾੜਨਾ ਕਰਕੇ ਜੰਗ ਦੇ ਵਿੱਚ ਹਰਾਇਆ ਹੈ। ਮਰੇ ਖਰੇ ਰਿਪ ਬ੍ਰਿੰਦ ਠਰੇ ਨਿਬਲ ਪਾਰੇ ਪਰੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਤੁਰਕ ਜਿਹੜੇ ਨੇ ਏਦਾਂ ਠਰ ਗਏ ਨੇ ਜਿਵੇਂ ਪਾਲਾ ਪੈਣ ਦੇ ਨਾਲ ਕੋਈ ਠਰ ਜਾਂਦਾ ਠੰਡ ਦੇ ਵਿੱਚ। ਕਾਨਨ ਹਿਰਦਾ ਦਾਸ ਮ੍ਰਿਗਨ ਬੇਕਾਰਨ ਤੇ ਕਲ ਕਲਿਤ। ਸੋਰਠਾ ਕਾਨਨ ਹਿਰਦਾ ਦਾਸ ਮ੍ਰਿਗਨ ਬੇਕਾਰਨ ਤੇ ਕਲਿਤ। ਸਿੱਖ ਦਾ ਜਿਹੜਾ ਹਿਰਦਾ ਹੈ ਉਹ ਜੰਗਲ ਦੀ ਤਰ੍ਹਾਂ ਹੈ ਅਤੇ ਉਹ ਜੰਗਲ ਦੇ ਵਿੱਚ ਕਿਹੜੇ ਮ੍ਰਿਗ ਫਿਰਦੇ ਨੇ ਵਿਕਾਰ ਰੂਪੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਸਾਡਾ ਹਿਰਦਾ ਰੂਪੀ ਜੰਗਲ ਭਰਿਆ ਹੋਇਆ ਹੈ। ਪੰਚਾਨਨ ਸਮਵਾਸ ਸ਼੍ਰੀ ਹਰਿ ਰਾਏ ਪ੍ਰਣਾਮ ਪਦ। ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਜਿਹੜੇ ਚਰਨ ਹਨ ਉਹ ਬੱਬਰ ਸ਼ੇਰ ਦੀ ਤਰ੍ਹਾਂ ਹਨ। ਜਿਵੇਂ ਜੰਗਲ ਦੇ ਵਿੱਚ ਬਹੁਤ ਜ਼ਿਆਦਾ ਹਿਰਨ ਵਗੈਰਾ ਹੋ ਜਾਣ ਅਤੇ ਇੱਕੋ ਹੀ ਸ਼ੇਰ ਆ ਕੇ ਉਹਨਾਂ ਦੀ ਸਫਾਈ ਕਰ ਦਿੰਦਾ ਹੈ, ਇਸ ਤਰ੍ਹਾਂ ਸਾਡੇ ਹਿਰਦੇ ਰੂਪੀ ਜੰਗਲ ਵਿੱਚ ਜੋ ਵਿਕਾਰਾਂ ਦੇ ਬਹੁਤ ਜ਼ਿਆਦਾ ਮਿਰਗ ਹੋ ਚੁੱਕੇ ਹਨ ਉਹਨਾਂ ਨੂੰ ਸੰਪੂਰਨ ਸਮਾਪਤ ਕਰਨ ਲਈ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਚਰਨ ਹਨ। ਦੋਹਰਾ ਤਨ ਮਨ ਕੇ ਦੁੱਖ ਦੋਖ ਗਨ ਲਖ ਬਨ ਸ਼ੁਸ਼ਕ ਸਮਾਨ। ਕਹਿੰਦੇ ਜਿਹੜੇ ਸਾਡੇ ਤਨ ਮਨ ਦੇ ਦੁੱਖ ਹਨ ਦੋਸ਼ ਹਨ ਉਹ ਸੁੱਕੇ ਜੰਗਲ ਦੀ ਤਰ੍ਹਾਂ ਹਨ। ਕ੍ਰਿਸ਼ਨ ਵਰਤਮਾ ਨਾਮ ਗੁਰ ਸ਼੍ਰੀ ਹਰਿ ਕ੍ਰਿਸ਼ਨ ਬਖਾਨ। ਕ੍ਰਿਸ਼ਨ ਵਰਤਮਾ ਕਹਿੰਦੇ ਨੇ ਅਗਨੀ ਨੂੰ ਜਿਹੜੀ ਜੰਗਲ ਨੂੰ ਸਾੜ ਦਿੰਦੀ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਹੀ ਜਿਹੜਾ ਹੈ ਉਹ ਐਸੀ ਅਗਨੀ ਹੈ ਜਿਹੜੇ ਸਾਡੇ ਤਨ ਮਨ ਦੇ ਦੋਸ਼ਾਂ ਨੂੰ ਸਾੜ ਸਕਦੀ ਹੈ। ਵਿਸ਼ਿਆਗਨ ਤੇ ਸ਼ੁਸ਼ਕ ਹੋਏ ਮਨ ਤਰਕੋ ਲਗ ਆਂਚ। ਵਿਸ਼ਿਆਂ ਦੇ ਅੱਗ ਦੇ ਨਾਲ ਸਾਡਾ ਮਨ ਝੁਲਸਿਆ ਪਿਆ ਹੈ ਤੇ ਮਨ ਦੇ ਦਰਖਤ ਨੂੰ ਆਂਚ ਲੱਗ ਗਈ ਹੈ। ਤੇਗ ਬਹਾਦਰ ਗੁਰ ਕਿਰਪਾ ਇਸ ਜਲ ਕੋ ਨਿਤ ਜਾਂਚ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕਿਰਪਾ ਰੂਪੀ ਜਲ ਮੰਗੀਏ ਉਹ ਪਾ ਦੇਣ ਮੀਂਹ ਪਾ ਦੇਣ ਆਪਣੀ ਕਿਰਪਾ ਦਾ ਤੇ ਸਾਧ ਸੰਗਤ ਜੀ ਫਿਰ ਵਿਸ਼ਿਆਂ ਦੀ ਅੱਗ ਨਾਲ ਸੁੱਕਿਆ ਹੋਇਆ ਮਨ ਫਿਰ ਹਰਾ ਹੋ ਸਕਦਾ ਹੈ। ਚਾਹੇ ਅਵਾਸਨਾ ਵਾਸਨਾ ਕਰ ਨਿਜ ਮਨ ਹੈ ਮਲਿੰਦ। ਕਹਿੰਦੇ ਜੇ ਕੋਈ ਇਹ ਚਾਹਨਾ ਕਰੇ ਕਿ ਮੇਰੇ ਮਨ ਵਿੱਚੋਂ ਅਵਾਸ਼ਨਾ ਮਾੜੀ ਜਿਹੜੀ ਵਾਸ਼ਨਾ ਹੈ ਉਹ ਖਤਮ ਹੋ ਜਾਵੇ, ਵਾਸ਼ਨਾ ਦਾ ਹੀ ਨਾਸ ਹੋ ਜਾਵੇ, ਮੇਰਾ ਮਨ ਜਿਹੜਾ ਹੈ ਉਹ ਭੋਰਾ ਬਣ ਜਾਵੇ। ਸ਼੍ਰੀ ਗੁਰੂ ਗੋਬਿੰਦ ਸਿੰਘ ਪਦ ਲਖਤੋਂ ਲੱਖ ਅਰਬਿੰਦ। ਕਹਿੰਦੇ ਹੇ ਮੇਰੇ ਮਨ ਫਿਰ ਤੂੰ ਗੁਰੂ ਗੋਬਿੰਦ ਸਿੰਘ ਦੇ ਚਰਨ ਕਮਲਾਂ ਦਾ ਧਿਆਨ ਕਰ, ਹੋਰ ਵਾਸ਼ਨਾ ਤੇਰੇ ਨੇੜੇ ਨਹੀਂ ਆਵੇਗੀ। ਏਕ ਜੋਤ ਦਸ ਰੂਪ ਗੁਰ ਜਿਨ ਤੇ ਤਰਿਓ ਜਹਾਨ। ਇੱਕ ਜੋਤ ਅਕਾਲ ਪੁਰਖ ਦੀ ਦਸ ਰੂਪ ਧਾਰਨ ਕਰਕੇ ਆਈ ਹੈ ਜਿਨ੍ਹਾਂ ਦੀ ਕਿਰਪਾ ਨਾਲ ਇਹ ਸੰਸਾਰ ਤਰ ਗਿਆ ਹੈ। ਸਭ ਕੇ ਪਦ ਅਰਬਿੰਦ ਕੋ ਸਦਾ ਬੰਦਨਾ ਠਾਨ। ਸਾਰਿਆਂ ਦੇ ਚਰਨ ਕਮਲਾਂ ਤੇ ਮੈਂ ਸਦਾ ਹੀ ਨਮਸਕਾਰ ਕਰਦਾ ਹਾਂ। ਸੂਰਜ ਗੁਰੂ ਪ੍ਰਤਾਪ ਤੇ ਬਰਨੀ ਦਵਾਦਸ ਰਾਸ। ਕਿਉਂਕਿ ਸਤਿਗੁਰੂ ਜੀ ਸੱਚੇ ਪਾਤਸ਼ਾਹ ਦਾ ਪ੍ਰਤਾਪ ਸੂਰਜ ਦੇ ਸਮਾਨ ਹੈ
ਅਤੇ ਸੂਰਜ ਦੀਆਂ 12 ਰਾਸਾਂ ਹੁੰਦੀਆਂ ਨੇ। ਇਸ ਕਰਕੇ ਪਿਛਲੇ ਪ੍ਰਕਰਨ ਵਿੱਚ 12 ਰਾਸਾਂ ਵਰਣਨ ਕੀਤੀਆਂ ਨੇ। ਅਸ਼ਟ ਸਾਚ ਪਤ ਸਹਾ ਕੇ ਬਰਨੇ ਬਰ ਗੁਣ ਰਾਸ। ਇਹਨਾਂ 12 ਰਾਸਾਂ ਵਿੱਚ 8 ਪਾਤਸ਼ਾਹੀਆਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੱਕ 8 ਪਾਤਸ਼ਾਹੀਆਂ ਦੇ ਗੁਣ ਵਰਣਨ ਕੀਤੇ ਹਨ। ਦਕਸ਼ਨਾਇਣ ਉਤਰਾਇਣ ਅਯਨ ਬਣੇਗੇ ਦੋਏ। ਔਰ ਫਿਰ ਦੋ ਸਾਧ ਸੰਗਤ ਜੀ ਦੱਖਣਾਇਣ ਅਤੇ ਉਤਰਾਇਣ, ਇਹ 6-6 ਮਹੀਨੇ ਦਾ ਫਰਕ ਪੈਂਦਾ ਹੈ। ਸੂਰਜ ਦਾ 6 ਮਹੀਨੇ ਦੱਖਣਾਇਣ ਵਿੱਚ ਅਤੇ 6 ਮਹੀਨੇ ਉਤਰਾਇਣ ਵਿੱਚ ਸੂਰਜ ਵਿਚਰਦਾ ਹੈ। ਇਸ ਤਰ੍ਹਾਂ ਗੁਰਪ੍ਰਤਾਪ ਸੂਰਜ ਦੇ ਦੋ ਅਸੀਂ ਬਣਾਵਾਂਗੇ। ਸੋ ਸਾਧ ਸੰਗਤ ਜੀ 21 ਜੂਨ ਤੋਂ ਲੈ ਕਰਕੇ ਇਹ 22 ਦਸੰਬਰ ਤੱਕ ਅਤੇ ਫਿਰ 23 ਦਸੰਬਰ ਤੋਂ ਲੈ ਕੇ 20 ਜੂਨ ਤੱਕ ਇਹਦਾ ਉਤਰਾਇਣ ਦੱਖਣਾਇਣ ਦਾ ਪੱਖ ਹੁੰਦਾ ਹੈ। ਉਹਦੇ ਮੁਤਾਬਕ ਕਵੀ ਜੀ ਕਹਿੰਦੇ ਅਸੀਂ ਇਹ ਹੁਣ ਜਿਹੜਾ ਗ੍ਰੰਥ ਲਿਖਾਂਗੇ ਅੱਗੇ 2-6 ਰੁੱਤਾਂ ਦੇ 2 ਇਹਨਾਂ ਵਿੱਚ ਵਰਣਨ ਕਰਾਂਗੇ। ਵਰਤਤ ਰੁੱਤ ਜੀ ਖਸ਼ਟ ਸੁਭ ਤਿੰਨ ਪਰ ਵਰਣਨ ਹੋ। ਜਿਹੜੀਆਂ 6 ਰੁੱਤਾਂ ਹੁੰਦੀਆਂ ਉਹਨਾਂ ਦੇ ਹਿਸਾਬ ਨਾਲ ਹੁਣ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਲਿਖਾਂਗੇ। ਪ੍ਰਥਮ ਕਰੀ ਕਵਿਤਾ ਰੁਚਿਰ ਸ੍ਰੀ ਨਾਨਕ ਪ੍ਰਕਾਸ਼। ਪਹਿਲਾਂ ਬੜੀ ਸੁੰਦਰ ਕਵਿਤਾ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਬੂੜੀਏ ਨਗਰ 'ਚ ਰਹਿ ਕੇ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ, ਜਿਹਦਾ ਨਾਮ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਹੈ। ਪੂਰਬਾਰਧ ਉਤਰਾਰਧ ਇਮ ਬਰਨੇ ਗੁਣ ਰਾਸ। ਕਹਿੰਦੇ ਪੂਰਬਾਰਧ 73 ਅਧਿਆਏ ਅਤੇ ਉਤਰਾਰਧ 57 ਅਧਿਆਏ ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਵਰਣਨ ਕੀਤਾ ਹੈ। ਆਪ ਕਲਗੀ ਧਰ ਕੀ ਕਥਾ ਖਸ਼ਟ ਰੁੱਤਨ ਪਰ ਹੋਏ। ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀ ਧਰ ਜੀ ਦੀ ਕਥਾ 6 ਰੁੱਤਾਂ ਵਿੱਚ 2 ਐਨਾਂ ਵਿੱਚ ਵਰਣਨ ਕਰਾਂਗੇ। ਗੁਰਪ੍ਰਤਾਪ ਸੂਰਜ ਭਇਓ ਜਾਂ ਤੇ ਸਭ ਗਤ ਜੋਏ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੋਇਆ ਜਿਹਦੇ ਨਾਲ ਸਾਰਿਆਂ ਦਾ ਕਲਿਆਣ ਹੋਵੇਗਾ। ਕਥੋਂ ਕਥਾ ਕੋ ਜਥਾ ਮਤ ਤਥਾ ਸੁਣ ਸਿੱਖ ਸੰਤ। ਜਿੰਨੀ ਗੁਰੂ ਨੇ ਮੈਨੂੰ ਮਤ ਦਿੱਤੀ ਹੈ ਇਹ ਖਾਲਸਾ ਜੀ, ਮੈਂ ਕਥਾ ਦਾ ਉਸ ਤਰ੍ਹਾਂ ਵਰਣਨ ਕਰਾਂਗਾ, ਆਪ ਜੀ ਪਿਆਰ ਨਾਲ ਸਰਵਣ ਕਰੋ। ਹੋਏ ਪ੍ਰਸੰਨ ਵਰ ਦੀਜੀਐ ਮਿਲਹਿ ਗੁਰੂ ਭਗਵੰਤ। ਪ੍ਰਸੰਨ ਹੋ ਕੇ ਵਰ ਦਿਓ ਕਿ ਮੈਨੂੰ ਸਾਨੂੰ ਪਰਮੇਸ਼ਰ ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ ਹੋ ਜਾਵੇ। ਜਿਨ ਕੀ ਕਿਰਪਾ ਕਟਾਸ਼ ਤੇ ਹਲਤ ਪਲਤ ਸੁਖ ਹੋਏ। ਜਿਨ੍ਹਾਂ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਹਲਤ ਪਲਤ ਵਿੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ। ਹੋ ਕਿਉ ਮਨੋਂ ਵਿਸਾਰੀ ਹੈ ਰਾਖੋ ਹਿਰਦੈ ਵਸਾਏ। ਐਸੇ ਸਤਿਗੁਰੂ ਜੀ ਨੂੰ ਮਨੋਂ ਕਿਉਂ ਵਿਸਾਰੀਏ, ਹਮੇਸ਼ਾ ਆਪਣੇ ਮਨ ਵਿੱਚ ਵਸਾ ਕੇ ਰੱਖੀਏ। ਸਤਿਗੁਰ ਸਿੱਖਣ ਕੇ ਉਚਿਤ ਸਤਿਗੁਰ ਕਥਾ ਵਿਚਿੱਤਰ। ਸਤਿਗੁਰੂ ਜੀ ਦੇ ਸਿੱਖਾਂ ਵਾਸਤੇ ਇਹ ਉਚਿਤ ਹੈ ਕਿ ਉਹ ਗੁਰੂ ਦੀ ਵਿਚਿੱਤਰ ਕਥਾ ਕਰਦੇ ਰਹਿਣ, ਸੁਣਦੇ ਰਹਿਣ। ਸੁਣੀਐ ਮਿੱਤਰ ਇਕੱਤਰ ਚਿੱਤ ਸੁਣੋ ਸਮਸਤ ਪਵਿੱਤਰ। ਇਹ ਮਿੱਤਰ ਜਣੋ ਇਕੱਤਰ ਹੋ ਕੇ ਚਿੱਤ ਨੂੰ ਇਕਾਗਰ ਕਰਕੇ ਸਾਰੇ ਸਰਵਣ ਕਰੋ। ਸਵਈਆ ਰਸ ਬੀਰ ਭਰੇ ਜਨ ਧੀਰ ਕਰੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੰਗਲ ਫਿਰ ਕਰਦੇ ਨੇ ਕਵੀ ਜੀ, ਕਹਿੰਦੇ ਰਸ ਬੀਰ ਭਰੇ, ਜਿਹੜੇ ਸਤਿਗੁਰੂ ਬੀਰ ਰਸ ਵਿੱਚ ਭਰੇ ਹੋਏ ਨੇ, ਜਨ ਧੀਰ ਕਰੇ, ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਧੀਰਜ ਦੇ ਕੇ ਹੌਸਲੇ ਵਾਲਾ ਬਣਾਇਆ ਹੈ। ਬਹੁ ਪੀਰ ਹਰੇ ਭਵ ਫੰਦਨ ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਬੰਧਨਾਂ ਦੀ ਪੀੜਾ ਸਿੱਖਾਂ ਨੂੰ ਕੱਟ ਦਿੱਤੀ ਹੈ, ਸਿੱਖਾਂ ਦੇ ਬੰਧਨ ਕੱਟ ਦਿੱਤੇ। ਸਤਿਗੁਰ ਸਿੱਖ ਕਾ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਬਲ ਹੋਆ ਬੰਧਨ ਛੁੱਟੇ। ਇਹ ਬਚਨ ਲਿਖ ਕੇ ਭੇਜੇ ਕਲਗੀਧਰ ਪਿਤਾ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਵੱਲ।
ਤੇ ਆਪਣੇ ਸੇਵਕਾਂ ਦੇ ਬੰਧਨ ਕੱਟ ਦਿੱਤੇ ਹਨ। ਸੁਖ ਮੂਲ ਭਲੇ ਰਿਪ ਸੂਲ ਮਿਲੇ, ਮਹਾਰਾਜ ਭਲੇ ਸੁੱਖਾਂ ਦੇ ਮੂਲ ਹਨ। ਜਿਵੇਂ ਕੋਈ ਦਰਖਤ ਹੁੰਦਾ ਨਾ, ਜਿਹੋ ਜਿਹਾ ਦਰਖਤ ਹੁੰਦਾ ਉਹਨੂੰ ਉਹੋ ਜਿਹਾ ਫਲ ਲੱਗਦਾ। ਸੁੱਖਾਂ ਦਾ ਦਰਖਤ ਗੁਰੂ ਗੋਬਿੰਦ ਸਿੰਘ ਜੀ ਹਨ, ਉਹਨਾਂ ਦੀ ਜੜ ਹਨ, ਮੁੱਢ ਹਨ ਭਲੇ, ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਸੁੱਖ ਦਿੱਤਾ। ਰਿਪ ਸੂਲ ਮਿਲੇ, ਵੈਰੀਆਂ ਵਾਸਤੇ ਸੂਲ ਦੁੱਖ ਰੂਪ ਹੋ ਕੇ ਮਿਲੇ, ਭਾਵ ਜਿਹੜੇ ਔਰੰਗਜ਼ੇਬ ਵਰਗੇ ਦੁਸ਼ਟ ਪਾਪੀ ਸਨ, ਵਜ਼ੀਰ ਖਾਨ ਵਰਗੇ ਦੁਸ਼ਟ ਸਨ, ਜਿਹੜੇ ਪਹਾੜੀ ਰਾਜੇ ਦੁਸ਼ਟ ਸਨ, ਉਹਨਾਂ ਨੂੰ ਮਹਾਰਾਜ ਵੈਰੀ ਦੀ ਤਰ੍ਹਾਂ ਸੂਲ ਬਣ ਕੇ ਮਿਲੇ ਹਨ। ਅਨੁਕੂਲ ਢਲੇ ਅਗ ਕੰਦਨ ਕੇ, ਜਿਹੜੇ ਉਹਨਾਂ ਦੇ ਅਨੁਕੂਲ ਹੋਏ ਨੇ ਉਹਨਾਂ ਤੇ ਢਲ ਕੇ ਉਹਨਾਂ ਦੇ ਪਾਪ ਕੱਟ ਦਿੱਤੇ ਨੇ ਸੱਚੇ ਪਾਤਸ਼ਾਹ ਜੀ ਨੇ। ਸਿੱਖ ਪਾਠ ਹਿਲੇ ਦੁੱਖ ਦੋਖ ਦਲੇ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਵੱਡੇ ਵਿਦਵਾਨ 52 ਕਵੀ ਰੱਖੇ, ਵਿਦਵਾਨਾਂ ਨੂੰ ਕਾਸ਼ੀ ਤੋਂ ਪੜ੍ਹਾਇਆ, ਉਹਨਾਂ ਦੇ ਸਿੱਖ ਪੜ੍ਹਨ ਲੱਗ ਪਏ, ਸਿੱਖ ਪਾਠ ਹਿਲੇ ਪੜ੍ਹਨਾ ਹਿਲ ਗਏ, ਦੁੱਖ ਦੋਖ ਦਲੇ, ਜਿਹੜੇ ਵੱਡੇ ਵੱਡੇ ਦੁੱਖ ਦੋਖ ਸਨ ਉਹ ਦਲ ਕੇ ਰੱਖ ਦਿੱਤੇ। ਕਰ ਕਾਜ ਚਲੇ ਸੋ ਆਨੰਦਨ ਕੇ, ਮਹਾਰਾਜ ਸੱਚੇ ਪਾਤਸ਼ਾਹ ਨੇ ਆਨੰਦ ਖੁਸ਼ੀਆਂ ਵਾਲੇ ਕਾਰਜ ਕੀਤੇ ਹਨ। ਅਤ ਮਿੱਤਰ ਪਵਿੱਤਰ ਵਿਚਿੱਤਰ ਚਰਿੱਤਰ, ਗੁਰੂ ਤੇਗ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ, ਅਤ ਮਿੱਤਰ ਪਵਿੱਤਰ ਵਿਚਿੱਤਰ ਚਰਿੱਤਰ ਤੇ ਤੇਗ ਬਹਾਦਰ ਨੰਦਨ ਕੇ, ਗੁਰੂ ਤੇਗ ਬਹਾਦਰ ਦੇ ਪੁੱਤਰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਕੌਤਕ ਬੜੇ ਹੀ ਸੁੰਦਰ ਹਨ। ਥਿਤ ਦਾ ਚਿਤ ਕੀ ਨਿਤ ਦਾ ਬਿਤ ਕੀ, ਗੁਰੂ ਸਾਹਿਬ ਦੀ ਜੋ ਕਥਾ ਹੈ ਉਹਦੀ ਵੀ ਕਵੀ ਜੀ ਮਹਿਮਾ ਕਰਦੇ ਨੇ। ਥਿਤ ਦਾ ਚਿਤ ਕੀ, ਕਹਿੰਦੇ ਜਿਹੜੀ ਕਥਾ ਹੈ ਮਨ ਨੂੰ ਟਿਕਾਉਣ ਵਾਲੀ ਹੈ ਅਤੇ ਧਨ ਪਦਾਰਥ ਸੁੱਖ ਦੇਣ ਵਾਲੀ ਹੈ। ਜੋ ਇਹ ਕਥਾ ਸੁਣਿਆ ਔਰ ਗਾਵੇ ਦੁੱਖ ਪਾਪ ਤੇ ਨਿਕਟ ਨਾ ਆਵੇ। ਧਨ ਪਦਾਰਥ ਉਹਦੇ ਘਰ ਬਹੁਤ ਹੋਣਗੇ, ਭੰਡਾਰੇ ਭਰੇ ਰਹਿਣਗੇ ਜਿਹੜਾ ਇਹ ਕਥਾ ਸੁਣੇਗਾ। ਹਿਤ ਦਾ ਨਿਤ ਕੀ ਸੁਣ ਹੰਤ ਜਰੀ, ਕਹਿੰਦੇ ਇਹ ਨਿਤ ਹੀ ਸਾਡਾ ਭਲਾ ਕਰਨ ਵਾਲੀ ਹੈ, ਇਹਨੂੰ ਸੁਣਨ ਦੇ ਨਾਲ ਬੰਦੇ ਦੀ ਹੰਕਤਾ ਮੋਹ ਮਾਇਆ ਸੜ ਜਾਂਦੀ ਹੈ। ਸਰਦਾ ਗੁਰ ਕੀ ਸੁਧ ਦਾ ਉਰ ਕੀ, ਇਹ ਗੁਰੂ ਦੀ ਸ਼ਰਧਾ ਮਨ ਚ ਪੈਦਾ ਕਰਦੀ ਹੈ, ਹਿਰਦੇ ਨੂੰ ਸ਼ੁੱਧ ਕਰਦੀ ਹੈ। ਹਰਤਾ ਜੁਰ ਕੀ ਸੁਖ ਪੁੰਜ ਜਰੀ, ਇਹ ਦੁੱਖਾਂ ਨੂੰ ਪੀੜਾ ਨੂੰ ਬੁਖਾਰਾਂ ਨੂੰ ਜ਼ਵਰ ਨੂੰ ਦੂਰ ਕਰਨ ਵਾਲੀ ਹੈ ਤੇ ਸੁੱਖਾਂ ਦੀ ਜੜ ਹੈ ਇਹ। ਸਭ ਸਾਰ ਮਥਾ ਕ੍ਰਿਤ ਆਰ ਜਥਾ, ਕਹਿੰਦੇ ਇਹ ਸਾਰੇ ਗਿਆਨ ਵੇਦਾਂ ਸ਼ਾਸਤਰਾਂ ਸਿਮਰਤੀਆਂ ਪੁਰਾਣਾਂ ਦਾ ਸਾਰੇ ਧਰਮ ਗ੍ਰੰਥਾਂ ਦਾ ਸਾਰ ਮੱਥ ਕੇ ਰਿੜ ਕੇ ਕੱਢ ਲਿਆ, ਜਿਵੇਂ ਦੁੱਧ ਵਿੱਚੋਂ ਦਹੀਂ ਘਿਓ ਕੱਢ ਲਿਆ ਜਾਂਦਾ ਹੈ। ਇਹ ਚਾਰ ਕਥਾ ਅਜਰਾਨ ਜਰੀ, ਇਹ ਬੜੀ ਸੁੰਦਰ ਕਥਾ ਹੈ ਜਿਹੜੀ ਅਜਰ ਨੂੰ ਜਰਨ ਵਾਲੇ ਮਹਾਂਪੁਰਸ਼ਾਂ ਦੀ ਗੁਰੂਆਂ ਦੀ ਕਥਾ ਹੈ। ਗੁਣ ਬ੍ਰਿੰਦ ਗੋਬਿੰਦ ਮ੍ਰਿਗਿੰਦ ਮੁਕੰਦ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮੁਕਤੀ ਦਾਤੇ ਬੇਅੰਤ ਗੁਣਾਂ ਦੇ ਮਾਲਕ ਹਨ। ਆਨੰਦ ਬਿਲੰਦ ਜਰਾਓ ਜਰੀ, ਆਨੰਦ ਹੀ ਬੇਅੰਤ ਹੀ ਖੁਸ਼ੀਆਂ ਖੇੜੇ ਇਹਦੇ ਵਿੱਚ ਹਨ ਕਥਾ ਦੇ। ਇਹ ਜੜਾਓ ਜੜੇ ਹੋਏ ਨੇ, ਹੀਰੇ ਜੜੇ ਹੋਏ ਨੇ ਮਾਨੋ ਗੁਣਾ ਰੂਪੀ। ਚੌਪਈ ਸੁਮਤ ਵਤ ਪ੍ਰੇਮੀ ਸਤ ਸੰਗਤ, ਜਿਹੜੇ ਗੁਰੂ ਦੇ ਪਿਆਰੇ ਗੁਰੂ ਕੇ ਸਿੱਖ ਸਮਤਵੰਤ ਸਿਆਨ ਪ੍ਰੇਮੀ ਸਿੱਖ ਹਨ। ਜੇ ਸੁਣ ਹੈ ਗੁਰ ਜਸ ਕਰ ਪੰਗਤ, ਜਿਹੜੇ ਗੁਰੂ ਕੀ ਕਥਾ ਸੁਣਦੇ ਨੇ ਪ੍ਰੇਮ ਨਾਲ, ਜਸ ਸੁਣਦੇ ਨੇ ਮਹਾਰਾਜ ਦਾ ਸੰਗਤ ਚ ਬੈਠ ਕੇ, ਸਭ ਕੇ ਚਰਨ ਵੰਦਨਾ ਕਰੋ, ਮੈਂ ਸਾਰਿਆਂ ਦੇ ਚਰਨਾਂ ਦੇ ਨਮਸਕਾਰ ਕਰਦਾ ਗੁਰੂ ਕੇ ਕਥਾ ਸਰੋਤਿਆਂ ਦੇ। ਮਤ ਥੋੜੀ ਤੇ ਪੁਨ ਪੁਨ ਡਰੋ, ਮੇਰੀ ਮਤ ਥੋੜੀ ਹੈ ਇਸ ਕਰਕੇ ਮੈਂ ਡਰਦਾ ਹਾਂ, ਬਾਰ ਬਾਰ ਡਰਦਾ ਕਿ ਗੁਰੂ ਦੀ ਕਥਾ ਕਹਿੰਦਿਆਂ ਮੇਰੇ ਤੋਂ ਕੋਈ ਭੁੱਲ ਚੁੱਕ ਨਾ ਹੋ ਜਾਵੇ। ਭੁੱਲ ਚੁੱਕ ਹੋਏ ਦੁੱਖ ਜਮਾ, ਕਿਉਂਕਿ ਜੇ ਭੁੱਲ ਦੁੱਖ ਚੁੱਕ ਹੋਵੇ
ਦੁੱਖ ਕਲੇਸ਼ ਦੀ ਦਾਤੀ ਭੁੱਖ ਜੋ ਹੋਵੇ। ਹਾਂਜੀ ਸੁਣ ਨਹਿ ਤਰਕ ਹੈ ਕੀ ਜਹ ਛਿਮਾ, ਮੇਰੇ ਦੋਸ਼ ਵੇਖ ਕੇ ਗੁਰੂ ਕੇ ਸਿੱਖ ਤਰਕ ਨਾ ਕਰਨ, ਮੈਨੂੰ ਮਾਫ ਕਰ ਦੇਣ। ਇਸ ਹਿਤ ਬਿਨੈ ਕਰੋ ਕਰ ਜੋਰ, ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਗੁਰੂ ਖਾਲਸੇ ਦੇ ਚਰਨਾਂ ਵਿੱਚ, ਮੇਰੀਆਂ ਭੁੱਲਾਂ ਨਾ ਚਿਤਾਰਿਆ ਜੇ। ਸਭ ਸਰੋਤਨ ਕੇ ਚਰਨ ਨਿਹੋਰ, ਸਾਰੇ ਸਰੋਤਾ ਜਨਾਂ ਦੇ ਚਰਨਾਂ ਦੇ ਮੈਂ ਨਮਸਕਾਰ ਕਰਕੇ ਕਥਾ ਕਰ ਕਹਿੰਦਾ ਹਾਂ। ਸ਼੍ਰੀ ਅੰਮ੍ਰਿਤਸਰ ਆਦਿ ਬਸੰਤ, ਜਿਹੜੇ ਸਿੱਖ ਸ੍ਰੀ ਅੰਮ੍ਰਿਤਸਰ ਆਦਿਕ ਗੋਇੰਦਵਾਲ ਸਾਹਿਬ, ਖੰਡੂਰ ਸਾਹਿਬ, ਨਨਕਾਣਾ ਸਾਹਿਬ, ਅਨੰਦਪੁਰ ਸਾਹਿਬ ਤੇ ਮੁਕਤਸਰ ਸਾਹਿਬ, ਤਰਨ ਤਾਰਨ ਸਾਹਿਬ ਆਦਿਕ ਸਥਾਨਾਂ ਤੇ ਰਹਿੰਦੇ ਹਨ। ਗੁਰਥਲ ਅਬਚਲ ਨਗਰ ਪ੍ਰਜੰਤ, ਪਟਨਾ ਸਾਹਿਬ, ਸ੍ਰੀ ਹਜੂਰ ਸਾਹਿਬ ਅਬਚਲ ਨਗਰ ਤੱਕ ਜਿਹੜੇ ਗੁਰੂ ਕੇ ਸਿੱਖ ਰਹਿੰਦੇ ਹਨ। ਕਿਤ ਕਿਤ ਸਭ ਧਰਨੀ ਪਰ ਵਿਆਪਤ, ਇੱਥੇ ਹੀ ਨਹੀਂ ਹੋਰ ਪਿੰਡਾਂ ਸ਼ਹਿਰਾਂ ਨਗਰਾਂ ਵਿੱਚ, ਦੇਸ਼ਾਂ ਪ੍ਰਦੇਸ਼ਾਂ ਵਿੱਚ, ਜਿੱਥੇ ਕਿਤੇ ਧਰਤੀ ਤੇ ਗੁਰੂ ਕਾ ਖਾਲਸਾ ਰਹਿੰਦਾ ਹੈ, ਗੁਰੂ ਕੇ ਸਿੱਖ ਰਹਿੰਦੇ ਹਨ। ਸਿੱਖਣ ਗਨ ਸਿੰਘ ਗੁਰ ਜਹ ਜਾਪਤ, ਗੁਰੂ ਕੇ ਸਹਿਜਧਾਰੀ ਸਿੱਖ ਰਹਿੰਦੇ ਹਨ, ਗੁਰੂ ਕੇ ਸਿੰਘ ਅੰਮ੍ਰਿਤਧਾਰੀ ਖਾਲਸਾ ਰਹਿੰਦਾ ਹੈ। ਅਰਜ ਗੁਜਾਰੋ ਜੋਰ ਤਹਾਥਾ, ਸਾਰਿਆਂ ਦੇ ਚਰਨਾਂ ਹੱਥ ਜੋੜ ਕੇ ਮੈਂ ਨਮਸਕਾਰ ਕਰਕੇ ਬੇਨਤੀ ਕਰਦਾ ਅਰਜ ਕਰਦਾ ਹਾਂ। ਬੰਦੋ ਧਰ ਪਰ ਧਰ ਧਰ ਮਾਥਾ, ਸਾਰੇ ਖਾਲਸੇ ਪੰਥ ਦੇ ਚਰਨਾਂ ਦੇ ਸਿਰ ਧਰ ਧਰ ਕੇ ਮੱਥਾ ਟੇਕਦਾ ਹਾਂ। ਹੋਏ ਨਿਰਵਿਘਨ ਕਥਾ ਗੁਰਪੂਰੀ, ਇਹ ਗੁਰੂ ਸਾਹਿਬ ਜੀ ਦੀ ਕਥਾ ਪੂਰੀ ਹੋ ਜਾਵੇ। ਕਵੀ ਸੰਤੋਖ ਸਿੰਘ ਜੀ, ਕਿਉਂਕਿ ਹੁਣ ਥੋੜ੍ਹੇ ਬਿਰਧ ਹੋ ਚੱਲੇ ਨੇ ਸਰੀਰ, ਕਿਉਂਕਿ ਲਗਾਤਾਰ ਗ੍ਰੰਥ ਲਿਖਦੇ ਰਹੇ, ਸਰੀਰ ਖੇਚਲ ਆ ਗਿਆ ਅਤੇ ਇੱਦਾਂ ਲੱਗਦਾ ਸੀ ਵੀ ਮੈਂ ਬਹੁਤੇ ਦਿਨ ਹੁਣ ਜੀ ਨਹੀਂ ਸਕਾਂਗਾ, ਅਤੇ ਦਸਵੇਂ ਪਾਤਸ਼ਾਹ ਦੀ ਕਥਾ ਜੇ ਰਹਿੰਦੀ ਸੀ। ਇਸ ਕਰਕੇ ਕਹਿੰਦੇ ਹੈ ਵੀ ਮਹਾਰਾਜ ਖਾਲਸਾ ਪੰਥ ਜਿੱਥੇ ਜਿੱਥੇ ਵੀ ਸੁਣ ਰਿਹਾ ਹੈ, ਜਿੱਥੇ ਜਿੱਥੇ ਬੈਠਾ ਹੈ, ਇਹ ਅਰਦਾਸ ਕਰ ਦਿਓ ਕਿ ਇਹ ਕਥਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪੂਰੀ ਹੋ ਜਾਵੇ। ਛੰਦ ਬੰਦ ਮਾਧੁਰਤਾ ਰੂਰੀ, ਸੋਹਣੇ ਛੰਦਾਂ ਬੰਦਾਂ ਵਿੱਚ, ਮਿਠਾਸ ਵਿੱਚ ਇਹ ਕਥਾ ਲਿਖੀ ਜਾਵੇ, ਇਹਦਾ ਕਥਨ ਵੀ ਹੋ ਜਾਵੇ। ਇਹ ਸਾਰੇ ਹੀ ਸਰੋਤਾ ਜਨ ਜਿਹੜੇ ਖਾਲਸਾ ਪੰਥ ਗੁਰੂ ਕਾ ਪਿਆਰਾ ਹੈ, ਭਾਵੇਂ ਉਹ ਸ੍ਰੀ ਅੰਮ੍ਰਿਤਸਰ ਹੈ, ਭਾਵੇਂ ਹਜੂਰ ਸਾਹਿਬ ਹੈ, ਪਟਨਾ ਸਾਹਿਬ ਹੈ, ਜਿੱਥੇ ਵੀ ਗੁਰੂ ਕੇ ਸਿੰਘ ਪਿੰਡਾਂ ਸ਼ਹਿਰਾਂ ਨਗਰਾਂ ਦੇਸ਼ਾਂ ਪ੍ਰਦੇਸ਼ਾਂ 'ਚ ਬੈਠੇ ਹਨ, ਉੱਥੇ ਹੀ ਅਰਦਾਸ ਕਰ ਦਿਓ ਵੀ ਇਹ ਕਥਾ ਦੇ ਵਿੱਚ ਕੋਈ ਵਿਘਨ ਨਾ ਪਵੇ। ਗੁਰਸਿੱਖ ਸਿੰਘ ਸਗਲ ਜਗ ਵਿਆਪਤ, ਗੁਰੂ ਕੇ ਸਿੱਖ ਅਤੇ ਗੁਰੂ ਕੇ ਸਿੰਘ ਸਾਰੇ ਸੰਸਾਰ ਵਿੱਚ ਹਨ, ਐਸੀ ਕੋਈ ਥਾਂ ਨਹੀਂ ਜਿੱਥੇ ਗੁਰੂ ਕਾ ਸਿੱਖ ਨਾ ਹੋਵੇ, ਭਾਵੇਂ ਇੱਕ ਹੀ ਹੋਵੇ, ਕਿਸੇ ਸ਼ਹਿਰ ਪਿੰਡ ਵਿੱਚ ਹੁੰਦਾ ਜ਼ਰੂਰ ਹੈ ਗੁਰੂ ਕਾ ਸਿੰਘ। ਹਾਂਜੀ, ਕਰ ਇਸ਼ਨਾਨ ਗੁਰੂ ਨਿਤ ਜਾਪਤ, ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕਰਦੇ ਹੈ, ਗੁਰੂ ਗੁਰੂ ਜਪਦੇ, ਬਾਣੀ ਪੜ੍ਹਦੇ ਹਨ, ਤਿੰਨ ਸਭਨ ਕੇ ਚਰਨ ਮਨਾਉਂ, ਉਹਨਾਂ ਸਾਰੇ ਗੁਰੂ ਖਾ ਗੁਰੂ ਕੇ ਪਿਆਰਿਆਂ ਬਾਣੀ ਦੇ ਰਸੀਆਂ ਗੁਰਸਿੱਖਾਂ ਦੇ ਚਰਨਾਂ ਦੇ ਮੈਂ ਨਮਸਕਾਰ ਕਰਦਾ, ਮੱਥਾ ਟੇਕਦਾ, ਚਰਨਾਂ ਨੂੰ ਮਨਾਉਂਦਾ ਹਾਂ। ਪੂਰਨ ਹੋਏ ਗ੍ਰੰਥ ਵਰ ਪਾਉਂ, ਸਾਰਾ ਖਾਲਸਾ ਪੰਥ ਇਹ ਵਰ ਦੇ ਦਿਓ, ਇਹ ਅਰਦਾਸ ਕਰ ਦਿਓ ਵੀ ਸ੍ਰੀ ਗੁਰ ਪ੍ਰਤਾਪ ਸੂਰਜ ਦਸਵੇਂ ਪਾਤਸ਼ਾਹ ਮਹਾਰਾਜ ਦੀ ਕਥਾ ਰਹਿ ਗਈ ਹੈ, ਇਹ ਵੀ ਪੂਰੀ ਹੋ ਜਾਵੇ। ਗੁਰੂ ਸਰੂਪ ਖਾਲਸਾ ਸਾਰੋ, ਇਹ ਜਿੰਨਾ ਵੀ ਖਾਲਸਾ ਹੈ, ਜਿੰਨੇ ਵੀ ਸਿੱਖ ਨੇ, ਗੁਰੂ ਰੂਪ ਹੀ ਨੇ। ਗੁਰੂ ਕਿੱਥੇ ਵਰਤਦਾ? ਸਿੱਖਾਂ ਦੇ ਵਿੱਚ ਹੀ ਵਰਤਦਾ, ਖਾਲਸੇ ਵਿੱਚ ਹੀ ਰਹਿੰਦਾ। ਖਾਲਸੇ ਮੈਂ ਹੁਣ ਕਰੋ ਨਿਵਾਸ,
ਸੋ ਸਾਰਾ ਖਾਲਸਾ ਇਹ ਅਰਦਾਸ ਕਰੇ, ਮੇਰੀ ਅਰਦਾਸ ਪ੍ਰਵਾਨ ਕਰੇ, ਮੈਨੂੰ ਆਸ਼ੀਰਵਾਦ ਦੇਵੇ ਵੀ ਰਹਿੰਦੀ ਕਥਾ ਮੈਂ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਜੀ ਦੀ ਪੂਰੀ ਕਰ ਸਕਾਂ। ਫਤਿਹ ਸਤਰ ਕਰ ਜੰਗ ਅਖਾਰੋ, ਜਿਹੜਾ ਖਾਲਸਾ ਸੂਰਬੀਰ ਬਹਾਦਰ ਜੰਗ ਅਖਾੜੇ ਕਰਕੇ ਵੈਰੀਆਂ ਨੂੰ ਸੋਧੇ ਲਾਉਣ ਵਾਲਾ ਹੈ। ਨਿਸ ਦਿਨ ਸਿਮਰਹਿ ਸਤਿਗੁਰ ਨਾਮੂ, ਜਿਹੜਾ ਸਤਨਾਮ ਸ੍ਰੀ ਵਾਹਿਗੁਰੂ ਜਪਦਾ ਹੈ, ਗੁਰੂ ਦੇ ਨਾਮ ਨਾਲ ਜੁੜਿਆ ਹੋਇਆ ਹੈ। ਸਗਨ ਕੇ ਚਰਨ ਪ੍ਰਣਾਮੂ, ਮੈਂ ਉਹਨਾਂ ਸਾਰਿਆਂ ਦੇ ਚਰਨਾਂ ਤੇ ਨਮਸਕਾਰ ਕਰਦਾ ਮੱਥਾ ਟੇਕਦਾ ਹਾਂ। ਬ੍ਰਹਮ ਗਿਆਨ ਹਰ ਭਗਤ ਖਜ਼ਾਨਾ, ਹੁਣ ਮੇਰੀ ਨਮਸਕਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੈ, ਜੋ ਬ੍ਰਹਮ ਗਿਆਨ ਦਾ ਤੇ ਭਗਤੀ ਦਾ ਖਜ਼ਾਨਾ ਹਨ। ਸਾਗਰ ਜਗਤ ਜਹਾਨ ਮਹਾਂ ਸਮਾਨਾ, ਇਹ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਲਈ ਜਹਾਜ਼ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੰਗਤ ਆਪਣੀ ਸਗਲ ਉਧਾਰਨ, ਸਤਿਗੁਰੂ ਮਹਾਰਾਜ ਜੀ ਨੇ ਆਪਣੀ ਸੰਗਤ ਦਾ ਉਧਾਰ ਕਰਨ ਵਾਸਤੇ ਗੁਰੂ ਗ੍ਰੰਥ ਗੁਰ ਕੀਨ ਉਚਾਰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂਆਂ ਨੇ ਉਚਾਰਨ ਕੀਤਾ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲਵੇਗਾ ਉਹ ਇਸ ਭਵ ਸਾਗਰ ਤੋਂ ਪਾਰ ਲੰਘ ਜਾਵੇਗਾ। ਜਿਸਮੈਂ ਜਾਹਰ ਜਾਗਤ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂਆਂ ਦੀ ਜਾਗਦੀ ਜੋਤ ਹਰ ਵੇਲੇ ਹਾਜ਼ਰ ਨਾਜ਼ਰ ਹੈ। ਸਿੱਖਣ ਅਭਮਤ ਪੂਰਨ ਹੋਤ, ਸਿੱਖਾਂ ਦੇ ਸਾਰੇ ਹੀ ਸੰਕਲਪ ਇੱਥੋਂ ਪੂਰੇ ਹੁੰਦੇ ਹਨ। ਜੋ ਵੀ ਮੰਗੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਦਸਾਂ ਗੁਰੂਆਂ ਦੀ ਜੋਤ ਹੈ। ਭੁਗਤ ਮੁਕਤ ਦਾਇਕ ਜਗਨਨਾਥਾ, ਮੁਕਤੀ ਔਰ ਭੁਗਤੀ ਦੇ ਦਾਤੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਨਮੋ ਕਰੋ ਧਰ ਪਰ ਧਰ ਮਾਥਾ, ਮੈਂ ਸਤਿਗੁਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦਾ ਧਰਤੀ ਤੇ ਮੱਥਾ ਟਿਕਾ ਕੇ। ਲੱਖੋਂ ਲਿਖੇ ਧਰਾਤਲ ਸਾਰੇ, ਲੱਖਾਂ ਹੀ ਗੁਰੂ ਕੇ ਜਿਹੜੇ ਸਿੱਖ ਹਨ ਧਰਤੀ ਦੇ ਉੱਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹਨਗੇ। ਇਸ ਕਰਕੇ ਗੁਰੂ ਸਾਹਿਬ ਜੀ ਦੇ ਲੱਖਾਂ ਹੀ ਸਰੂਪ ਤਿਆਰ ਕਰਕੇ ਹੱਥ ਨਾਲ ਲਿਖ ਲਿਖ ਕੇ ਦੇਸ਼ਾਂ ਪ੍ਰਦੇਸ਼ਾਂ ਚ ਭੇਜੇ ਗਏ ਹਨ। ਪਠੈ ਸੁਣੈ ਸਿੱਖ ਵਾਰ ਨਾ ਪਾਰੇ, ਕੋਈ ਅੰਤ ਨਹੀਂ, ਹਰ ਸ਼ਹਿਰ ਹਰ ਮੁਲਕ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਪਹਿਲਾਂ ਤਾਂ ਕਵੀ ਜੀ ਦੇ ਸਮੇਂ ਤਾਂ ਹੱਥ ਨਾਲ ਲਿਖਦੇ ਸੀ, ਫਿਰ ਸਾਧ ਸਿੰਘ ਜੀ ਪ੍ਰਿੰਟਿੰਗ ਪ੍ਰੈਸ ਦੇ ਵਿੱਚ, ਅੱਜ ਸਾਰੀ ਦੁਨੀਆਂ ਵਿੱਚ ਹੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ। ਸਾਰੇ ਸੰਸਾਰ ਤੇ ਜਿੱਥੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਕਵੀ ਜੀ ਕਹਿੰਦੇ ਉੱਥੇ ਉੱਥੇ ਮੇਰੀ ਨਮਸਕਾਰ ਹੈ। ਸਕਲ ਕਾਮਨਾ ਲਹੀਤ ਜਿਸ ਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਹਨ ਜਿਨ੍ਹਾਂ ਤੋਂ ਸਭ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਅੰਤ ਸਮੇਂ ਕੇਵਲ ਹੋਏ ਤਿਸ ਤੇ, ਜਿਸ ਤੋਂ ਅੰਤ ਸਮੇਂ ਸਾਧ ਸੰਗਤ ਜੀ ਮੁਕਤੀ ਦੀ ਪ੍ਰਾਪਤੀ ਹੁੰਦੀ, ਕਲਿਆਣ ਹੁੰਦਾ ਹੈ। ਭੂਤ ਭਵਿੱਖਿਆ ਸਿੱਖ ਨਹਿ ਗਿਣਤੀ, ਬੀਤ ਚੁੱਕੇ ਸਮੇਂ ਦੇ ਤੇ ਆਉਣ ਵਾਲੇ ਸਮੇਂ ਕਿੰਨੇ ਸਿੱਖ ਹੋਣੇ ਨੇ ਕੋਈ ਗਿਣਤੀ ਨਹੀਂ ਹੈ। ਤੇ ਅਬ ਸਭਨ ਅਗਰ ਮਮ ਬਿਨਤੀ, ਜਿਹੜੇ ਪਿੱਛੇ ਬੀਤ ਚੁੱਕੇ ਨੇ ਸ਼ਹੀਦ ਸਿੰਘ ਸੰਤ ਭਗਤ ਮਹਾਂਪੁਰਸ਼ ਜਿਹੜੇ ਹੁਣ ਨੇ ਤੇ ਜਿਹੜੇ ਅੱਗੇ ਆਉਣ ਵਾਲੇ ਗੁਰਸਿੱਖ ਨੇ, ਉਹਨਾਂ ਸਾਰਿਆਂ ਦੇ ਅੱਗੇ ਮੇਰੀ ਇਹ ਬੇਨਤੀ ਹੈ, ਬਿਘਨ ਗ੍ਰੰਥ ਹੋਏ ਪੂਰਾ। ਇਹ ਤੁਸੀਂ ਜਿਹੜੇ ਬੀਤ ਚੁੱਕੇ ਸਮੇਂ ਕੇ ਕਵੀ ਸੰਤੋਖ ਸਿੰਘ ਹੀ ਕਹਿ ਸਕਦੇ ਆ, ਸਾਧ ਸੰਗਤ ਜੀ ਇੰਨੀ ਉੱਚੀ ਉਡਾਰੀ, ਇੰਨੀ ਉੱਚਾ, ਇੰਨਾ ਅਨੁਭਵ ਬੀਤ ਚੁੱਕੇ ਅੱਗੇ ਤੇ ਅਸੀਂ ਅਰਦਾਸ ਕਰ ਲਾਂਗੇ, ਪਰ ਜਿਹੜੇ ਆਉਣ ਵਾਲੇ ਸਮੇਂ ਦੇ ਗੁਰਸਿੱਖ ਨੇ ਉਹਨਾਂ ਅੱਗੇ ਅਰਦਾਸ ਕਰ ਰਹੇ ਨੇ ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੀ ਇਹ ਇੰਨੀ ਉੱਚੀ ਉਡਾਰੀ ਸੁਰਤ ਦੀ ਲੈ ਚੁੱਕੇ ਨੇ। ਧੰਨ ਹਨ ਭਾਈ ਸਾਹਿਬ ਜੀ, ਕਹਿੰਦੇ ਬਿਨ ਸਹਿ ਵਿਘਨ ਗ੍ਰੰਥ ਹੋਏ ਪੂਰਾ, ਇਹ ਗ੍ਰੰਥ ਪੂਰਾ ਹੋ ਜਾਵੇ ਵਿਘਨ ਨਾ ਕੋਈ ਪਵੇ। ਜਿਸਮੈ ਸਤਿਗੁਰ ਕੋ ਜਸ ਰੂਰਾ, ਜਿਹਦੇ ਵਿੱਚ ਗੁਰੂ ਦਾ ਪਿਆਰਾ ਮਿੱਠਾ ਜਸ ਲਿਖਿਆ, ਇਹ ਕਥਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪੂਰੀ ਹੋ ਜਾਵੇ। ਸੰਤ ਸਿੰਘ ਗੁਰ ਅੱਖਰ ਦਾਤਾ, ਹੁਣ ਆਪਣੇ ਮਾਤਾ ਪਿਤਾ ਤੇ ਆਪਣੇ ਉਸਤਾਦਾਂ ਦੀ
ਆਪਣੇ ਗੁਰਦੇਵ ਜੀ ਦੀ ਉਪਮਾ ਕਰਦੇ ਨੇ, ਉਹਨਾਂ ਦਾ ਮੰਗਲ ਕਰਦੇ ਨੇ ਕਿ ਮੇਰੇ ਗੁਰੂ ਸੰਤ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ, ਜਿਨ੍ਹਾਂ ਦਾ ਸਾਧ ਸੰਗਤ ਜੀ ਬੁੰਗਾ, ਇਹ ਗਿਆਨੀਆਂ ਵਾਲਾ ਬੁੰਗਾ ਹੁਣੇ ਹੁਣੇ ਪ੍ਰਗਟ ਹੋਇਆ ਸੀ, ਅਤੇ ਉਹਨਾਂ ਦਾ ਸਮਾਧਾ ਵੀ ਬਹੁਤ ਵੱਡਾ ਸੁੰਦਰ ਆਲੀਸ਼ਾਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣਿਆ ਸੀ। ਅੱਜ ਇੱਥੇ ਬਾਬਾ ਅਟਲ ਸਾਹਿਬ ਜੀ ਦਾ ਸਥਾਨ ਹੈ, ਪਰ ਜਦੋਂ ਅਕਾਲੀ ਲਹਿਰ ਚੱਲੀ ਉਹ ਸਾਰੇ ਬੁੰਗੇ ਢਾ ਦਿੱਤੇ ਗਏ। ਉਹਦੇ ਵਿੱਚ ਉਹ ਜਿਹੜਾ ਬਾਬਾ ਗਿਆਨੀ ਸੰਤ ਸਿੰਘ ਜੀ ਦਾ ਬਹੁਤ ਸੁੰਦਰ ਸਥਾਨ ਸੀ, ਉਹ ਵੀ ਢਾਂਦਿਆਂ ਢਾਂਦਿਆਂ ਫਤਿਹ ਹੀ ਕਰ ਦਿੱਤਾ। ਸੋ ਹੁਣ ਸਿਰਫ ਇੱਕ ਛੋਟੀ ਜਿਹੀ ਉੱਥੇ ਪਾਲਕੀ ਬਣਾਈ ਹੋਈ ਸੰਗੇ ਮਰਮਰ ਦੀ ਸਰੋਵਰ ਦੇ ਕੰਢੇ 'ਤੇ, ਉੱਥੇ ਸੰਸਕਾਰ ਹੋਇਆ ਸੀ ਮਹਾਂਪੁਰਸ਼ਾਂ ਦਾ। ਬਹੁਤ ਹੀ ਵੱਡੇ ਵਿਦਵਾਨ ਹੋਏ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੋਨਾ ਚੜ੍ਹਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਗਿਆਨੀ ਸੰਤ ਸਿੰਘ ਦੇ ਰਾਹੀਂ ਕਰਵਾਈ ਸੀ। ਉਹ ਇਹਨਾਂ ਦੇ ਉਸਤਾਦ ਸਨ, ਅੱਖਰਦਾਤਾ ਸਨ, ਉਹਨਾਂ ਤੋਂ ਵਿੱਦਿਆ ਪ੍ਰਾਪਤ ਕੀਤੀ ਹੈ। ਨਮੋ ਕਰੋ ਤਿਨ ਪਦ ਜਲ ਜਾਤਾ, ਉਹਨਾਂ ਦੇ ਚਰਨਾਂ 'ਤੇ ਮੈਂ ਨਮਸਕਾਰ ਕਰਦਾ, ਜੋ ਚਰਨ ਕਮਲ ਜਲ ਜਾਤਾ, ਕਹਿੰਦੇ ਜੋ ਕਮਲ ਦਾ ਫੁੱਲ ਹਨ। ਦੇਵਾ ਸਿੰਘ ਪਿਤਾ ਮਮ ਨਾਮੂ, ਦੇਵਾ ਸਿੰਘ ਜੀ ਮੇਰੇ ਪਿਤਾ ਹਨ, ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਹੈ। ਤਿਨ ਕੇ ਪਦ ਅਰਬਿੰਦ ਪ੍ਰਣਾਮੂ, ਆਪਣੇ ਪਿਤਾ ਗੁਰਦੇਵ ਦਇਆ ਸਿੰਘ ਜੀ ਦੇ ਚਰਨਾਂ 'ਤੇ ਮੈਂ ਨਮਸਕਾਰ, ਦੇਵਾ ਸਿੰਘ ਦੇ ਚਰਨਾਂ 'ਤੇ ਨਮਸਕਾਰ ਕਰਦਾ ਹਾਂ। ਮਾਤਾ ਕੋ ਕਰ ਅਬ ਬੰਧਨ, ਆਪਣੀ ਮਾਤਾ ਜੀ ਨੂੰ ਮੱਥਾ ਟੇਕ ਕੇ, ਮਾਤਾ ਜੀ ਨੇ ਜਨਮ ਦਿੱਤਾ ਹੈ, ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਕੇ। ਕਥੋਂ ਕਥਾ ਕਲ ਕਾਲੁਖ ਨਿਕੰਦਨ, ਔਰ ਜਿਹੜੀ ਕਪਾਪਾਂ ਦਾ ਨਾਸ ਕਰਨ ਵਾਲੀ ਕਥਾ ਹੈ ਮੈਂ ਉਹਦਾ ਕਥਨ ਕਰਦਾ ਹਾਂ। ਸੁਣੀਏ ਹੈ ਗਨ ਸਰੋਤਾ ਸਵਧਾਨਾ, ਔਰ ਹੇ ਸਰੋਤਾ ਜਨੋ ਸਾਵਧਾਨ ਹੋ ਕੇ ਕਥਾ ਸੁਣੋ। ਇੱਕ ਮਨ ਹੋਏ ਧਰਹੁ ਨਿਜ ਕਾਨਾ, ਇੱਕ ਮਨ ਇੱਕ ਚਿੱਤ ਹੋ ਕੇ ਕੰਨ ਦੇ ਕੇ ਸੁਣੋ ਕਥਾ ਗੁਰੂ ਸਾਹਿਬ ਜੀ ਦੀ। ਮਹਿਮਾ ਕਹਿ ਲਗ ਕਹੇ ਸੁਣਾਵੂ, ਕਿੱਥੋਂ ਤੱਕ ਮੈਂ ਮਹਾਰਾਜ ਦੀ ਮਹਿਮਾ ਦੱਸਾਂ, ਕਥਾ ਦਾ ਮਹਾਤਮ ਕਿੱਥੋਂ ਤੱਕ ਵਰਣਨ ਕਰੀਏ। ਗੁਰ ਜਸ ਜਿਸ ਮਹਿ ਰੁਚਿਤ ਬਣਾਵੂ, ਜਿਹਦੇ ਵਿੱਚ ਗੁਰੂ ਸਾਹਿਬ ਦਾ ਸੋਹਣਾ ਰਸ ਭਿੰਨਾ ਇਤਿਹਾਸ ਲਿਖਿਆ ਜਾ ਰਿਹਾ ਹੈ। ਗੁਰ ਸਰਦਾ ਕੋ ਉਰ ਅਧਕਾਵਤ, ਇਹ ਗੁਰੂ ਪ੍ਰਤੀ ਸ਼ਰਧਾ ਪੈਦਾ ਕਰਦੀ ਹੈ। ਜਿਸ ਤੇ ਭੁਗਤ ਮੁਕਤ ਸਿੱਖ ਪਾਵਤ, ਜਿਸ ਤੋਂ ਮੁਕਤੀ ਔਰ ਭੁਗਤੀ ਦੀ ਪ੍ਰਾਪਤੀ ਹੁੰਦੀ ਹੈ। ਸਕਲ ਕਾਮਨਾ ਦੇ ਮਨਹਾਰੀ, ਇਹ ਕਥਾ ਸਾਡੀਆਂ ਸਾਰੀਆਂ ਕਾਮਨਾ ਪੂਰਾ ਕਰਨ ਵਾਲੀ ਹੈ। ਅਨਕ ਜਨਮ ਕੇ ਕਲ ਮਲਹਾਰੀ, ਅਨੇਕਾਂ ਜਨਮਾਂ ਦੇ ਪਾਪ ਕੱਟਣ ਵਾਲੀ ਕਥਾ ਹੈ। ਸੁਣੇ ਗ੍ਰੰਥ ਸਭ ਹੋਏ ਗੁਣ ਗਿਆਤਾ, ਇਹ ਕਥਾ ਸੁਣਨ ਵਾਲੇ ਸਾਰੇ ਗੁਣਾਂ ਦੇ ਗਿਆਤਾ ਬਣ ਜਾਣਗੇ। ਸਰਬ ਚਰਿੱਤਰ ਲਖੈ ਬਖਿਆਤਾ, ਔਰ ਸਾਰੇ ਚਰਿੱਤਰ ਗੁਰੂ ਸਾਹਿਬ ਦੇ ਉਹ ਜਾਣਗੇ। ਦੁਸ਼ਟ ਬਿਡਾਰਨ ਦਾਸ ਉਧਾਰਨ, ਦੁਸ਼ਟਾਂ ਦਾ ਨਾਸ ਕਰਨਾ ਤੇ ਦਾਸਾਂ ਦਾ ਉਧਾਰ ਕਰਨਾ। ਇਤਿਆਦਿਕ ਕੀਨੇ ਜਿਮ ਕਾਰਨ, ਇਸ ਤਰ੍ਹਾਂ ਜਿਵੇਂ ਗੁਰੂ ਸਾਹਿਬ ਨੇ ਕੌਤਕ ਕੀਤੇ ਨੇ। ਸੁਣੈ ਸਰਬ ਕੋ ਸਾਰ ਪਛਾਨੈ, ਇਹ ਸਾਰੀ ਕਥਾ ਦਸਵੇਂ ਪਾਤਸ਼ਾਹ ਦੀ ਸੁਣ ਕੇ ਸਾਰੇ ਦੇ ਸਾਰ ਤਤ ਸਾਰ ਨੂੰ ਜਾਣਗੇ। ਪੁੰਨ ਉਪਾਏ ਪਾਪ ਗਨ ਹਨ, ਪੁੰਨ ਪੈਦਾ ਹੋਣਗੇ ਤੇ ਪਾਪਾਂ ਦਾ ਨਾਸ ਹੋ ਜਾਵੇਗਾ। ਕੋਈ ਚਿਤ ਚੌਂਪ ਜੋ ਪ੍ਰੇਮੀ ਸਿੱਖਿਆ, ਜਿਹੜੇ ਪ੍ਰੇਮੀ ਸਿੱਖ ਹੋਣਗੇ, ਜਿਹਨਾਂ ਦੇ ਮਨ ਵਿੱਚ ਕਥਾ ਸੁਣਨ ਦਾ ਚਾਹਨਾ ਹੋਵੇਗੀ, ਇੱਛਾ ਹੋਵੇਗੀ। ਪਠੈ ਸੁਣੈ ਆਬ ਕਦੋਂ ਭਵਿਖਿਆ, ਹੁਣ ਵੀ ਪੜ੍ਹਨ ਸੁਣਨਗੇ ਤੇ ਆਉਣ ਵਾਲੇ ਸਮੇਂ 'ਚ ਵੀ ਇਹ ਕਥਾ ਪੜ੍ਹਨ ਸੁਣਨਗੇ। ਨਹਿ ਦੁਖਨ ਕੁਛ ਹਿਰਦੈ ਵਿਚਾਰੋ, ਕਵੀ ਜੀ ਆਉਣ ਵਾਲੇ ਸਮੇਂ ਦੇ ਸਿੱਖਾਂ ਨੂੰ ਵੀ ਕਹਿ ਰਹੇ ਨੇ, ਕਹਿੰਦੇ ਮੇਰੇ ਕੋਲੋਂ ਭੁੱਲਾਂ ਚੁੱਕਾਂ ਹੋਈਆਂ ਨਾ ਵਿਚਾਰਿਆ ਜੇ। ਪਾਵਨ ਗੁਣ ਗਨ ਕੋ ਮਨ ਧਾਰੋ, ਔਰ ਗੁਰੂ ਸਾਹਿਬ ਦੇ ਗੁਣਾਂ ਨੂੰ ਮਨ ਵਿੱਚ ਧਾਰਨ ਕਰਿਆ ਜੇ। ਕਿੰਨੀ ਨਿਮਰਤਾ ਹੈ ਸਾਧ ਸੰਗਤ ਜੀ, ਭਾਈ ਸਾਹਿਬ ਜੀ ਨੇ ਪਹਿਲੇ ਅੰਸੂ ਵਿੱਚ ਮੰਗਲਾ ਚਰਨ ਵਿੱਚ ਆਪਣਾ ਪਿਆਰ ਦਰਸਾਇਆ,
ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸ਼ੁਰੂ ਹੋ ਰਿਹਾ। ਜਦੋਂ ਨੌਵੇਂ ਪਾਤਸ਼ਾਹ ਦਾ ਅਸੀਸ ਆਇਆ ਅਤੇ ਉਹ ਕੀਰਤਪੁਰ ਸਾਹਿਬ ਤੋਂ ਮਹਾਰਾਜ ਦਸਵੇਂ ਪਾਤਸ਼ਾਹ ਕਿਵੇਂ ਲੈ ਕੇ ਗਏ, ਕਿਵੇਂ ਜਾ ਕੇ ਅਨੰਦਪੁਰ ਸਾਹਿਬ ਸੰਸਕਾਰ ਹੋਇਆ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਨਾਲ ਨਾਥ ਨਾ ਸਕੇ ਦੀਨ ਦਰਦ ਨਿਵਾਰ, ਹੇ ਸਮਰੱਥ ਗਮ ਪੂਰਨ ਮੋਏ ਮਾਇਆ ਧਾਰ, ਨਾਨਕ ਮਹਾ ਪਿਆਰ ਨਾਨਕ ਪਾਰੇ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇ ਹੁੰਦੇ ਗੁਰਬਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।